ਯਾਰ ਫੇਰ ਸਾਡੇ ਕੋਲ ਹੀ ਆਉਣਾ ਹੈ ਨਾ ਭਰਾ। ਇਹ ਤੇ ਐਕਚੁਅਲੀ ਵੀਜ਼ਾ ਅਫਸਰ ਨੂੰ ਵੀ ਸਾਰੇ ਨੂੰ ਪਤਾ ਹੈ ਕਿ ਬਹੁਤ ਹੀ ਗਲਤੀਆਂ ਜਿਹੜੀ ਹੋ ਰਹੀ ਹੈ, ਜਿਸ ਤਰ੍ਹਾਂ ਡਾਕੂਮੈਂਟ ਫਰਾਡ ਹੈ, ਮਿਸ ਰਿਪ੍ਰੈਜੈਂਟੇਸ਼ਨ ਹੈ, ਜਾਂ ਓਵਰ ਚਾਰਜਿੰਗ ਕਰਨਾ, ਇਸ ਤਰ੍ਹਾਂ ਦੇ ਜਿੰਨੇ ਵੀ ਪ੍ਰੋਬਲਮਸ ਹੋ ਰਹੀ ਹੈ, ਇਹ ਸਾਰੇ ਜਿਹੜੇ ਮਿਡਲਮੈਨ ਹੈ, ਜਿਹੜੇ ਏਜੰਟ ਹੈ, ਜਿਹੜੇ ਅਨਔਥੋਰਾਈਜ਼, ਜਿਹਨੂੰ ਅਨਔਥੋਰਾਈਜ਼ ਅਸੀਂ ਗੋਸਟ ਕੰਸਲਟੈਂਟ ਇੱਥੇ ਸ਼ਬਦ ਯੂਜ਼ ਕਰਦੇ ਹਾਂ, ਇਹ ਸਾਰਾ ਉੱਥੇ ਜਿਹੜੇ ਵੀਜ਼ਾ ਫਾਰਮ ਭਰ ਰਹੇ ਹੈ ਉਹਨਾਂ ਦੇ ਥਰੂ ਹੋ ਰਿਹਾ ਹੈ। ਮੇਰੇ ਕੋਲ ਤਾਂ ਇੰਨੇ ਜ਼ਿਆਦਾ ਐਗਜ਼ਾਮਪਲ ਹੈ, ਮੈਂ ਤੁਹਾਨੂੰ, ਮੈਂ ਮਤਲਬ ਮੇਰੇ ਕੋਲ ਲਿਸਟ ਹੀ ਖਤਮ ਨਹੀਂ ਹੋ ਸਕਦੀ। ਅੱਜ ਹੀ ਐਗਜ਼ਾਮਪਲ ਤੁਹਾਨੂੰ ਮੈਂ ਦੱਸਿਆ ਕਿ ਇੱਕ ਕਲਾਇੰਟ ਹੈ ਜਿਨ੍ਹਾਂ ਨੇ ਵੀਜ਼ਾ ਅਪਲਾਈ ਕੀਤਾ, 2-3 ਵਾਰ ਉਹ ਰਿਫਿਊਜ਼ ਹੋ ਗਏ, ਹੁਣ ਆਖਰੀ ਵਾਰ ਇੱਕ ਵੀਜ਼ਾ ਆਫੀਸਰ ਨੇ ਉਹਨਾਂ ਨੂੰ ਇੱਕ ਇੱਕ ਵਾਰਨਿੰਗ ਲੈਟਰ ਜੇ ਇਸ਼ੂ ਕੀਤੀ ਹੈ ਕਿ ਵੀ ਤੁਸੀਂ ਪਹਿਲਾਂ ਕੁਝ ਹੋਰ ਲਿਖਿਆ ਸੀ ਕਿ ਵੀ ਮੈਂ ਐਗਰੀਕਲਚਰ ਵਿੱਚ ਕੰਮ ਕਰ ਰਿਹਾ, ਤੇ ਹੁਣ ਜਿਹੜੀ ਐਪਲੀਕੇਸ਼ਨ ਹੈ ਹੁਣ ਨੇ ਲਿਖਿਆ ਕਿ ਤੁਸੀਂ ਫਲਾਨੀ ਫਲਾਨੀ ਕੰਪਨੀ ਵਿੱਚ ਕੰਮ ਕਰ ਰਹੇ ਹੋ, ਉਸੇ ਟਾਈਮ ਤੋਂ ਕੰਮ ਕਰ ਰਹੇ ਹੋ, ਜਦ ਮਤਲਬ ਜਿਸ ਟਾਈਮ, ਜਿਹੜਾ ਪਿਛਲੇ ਟਾਈਮ ਤੁਸੀਂ ਲਿਖਿਆ ਐਗਰੀਕਲਚਰ, ਤੇ ਵੀ ਇਹ ਤੇ ਮਿਸ ਰਿਪ੍ਰੈਜੈਂਟੇਸ਼ਨ ਹੈ, ਤੇ ਤੁਹਾਨੂੰ ਅਸੀਂ 30 ਡੇਜ਼ ਦਿੰਦੇ ਹਾਂ ਕਿ ਵੀ ਤੁਸੀਂ ਆਪਣੇ ਆ ਫੈਕਟਸ ਕਲੀਅਰ ਕਰੋ, ਅਦਰਵਾਈਜ਼ ਤੁਹਾਨੂੰ 5 ਸਾਲ ਲਈ ਬੈਨ ਕਰ ਦੇਵਾਂਗੇ। ਤੇ ਮੈਂ ਵੀ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਹੈ, ਉਹ ਕਹਿੰਦੇ ਭਾਜੀ ਸਾਨੂੰ ਪਤਾ ਹੀ ਨਹੀਂ ਸੀ, ਜਿਹੜਾ ਪੁਰਾਣੇ ਏਜੰਟ ਨੇ ਉਹਨਾਂ ਨੇ ਭਰਦਾ ਸੀ, ਸਾਨੂੰ ਪਤਾ ਹੀ ਨਹੀਂ ਸੀ, ਅਸੀਂ ਸਾਈਨ ਕਰਕੇ ਭੇਜਤਾ, ਤੇ ਬਾਅਦ 'ਚ ਪਤਾ ਲੱਗਾ ਕਿ ਓਕੂਪੇਸ਼ਨ ਕੁਝ ਹੋਰ ਲਿਖੀ ਹੈ। ਇਹ ਮਤਲਬ ਕਿ ਇਹ ਆਮ ਚੀਜ਼ ਹੈ ਮਿਸ ਰਿਪ੍ਰੈਜੈਂਟੇਸ਼ਨ ਦੀ, ਕਿ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਵੀ ਕਿਹੜੀ ਚੀਜ਼ ਭਰੀ ਗਈ ਹੈ, ਕਿਉਂਕਿ ਉਹ ਸੋ ਕਾਲ ਏਜੰਟ ਐਪਲੀਕੇਸ਼ਨ ਭਰ ਰਹੇ ਹੈ। ਸੋ ਇਸ ਕਰਕੇ ਉਸ ਤਰ੍ਹਾਂ ਦੀ ਪ੍ਰੋਬਲਮ ਹੋ ਰਹੀ ਹੈ। ਅੱਜ ਤੁਸੀਂ ਸ਼ਾਇਦ ਖਬਰਾਂ ਨਹੀਂ ਸੁਣੀਆਂ ਹੋਣੀਆਂ, ਮੈਂ ਸਵੇਰੇ ਖਬਰਾਂ ਸੁਣ ਰਿਹਾ ਜੀ, ਹਰਜਿੰਦਰ ਸਿੰਘ ਹੋਰਾਂ ਦੀਆਂ, ਹਾਂ, ਤੇ ਉਹਦੇ ਵਿੱਚ ਖਬਰ ਇਹ ਸੀਗੀ ਕਿ ਪੰਜਾਬ ਦੇ ਵਿੱਚ ਨਾ ਬਹੁਤ ਸਾਰੇ ਕਿਸਾਨਾਂ ਨੇ ਅਪਲਾਈ ਕੀਤਾ ਸੀਗਾ ਵੀ ਸਾਡੇ ਜਿਹੜਾ ਕਰਜ਼ਾ ਉਹ ਮਾਫ ਕੀਤਾ ਜਾਏ। ਹਾਂ ਹਾਂ ਉਹਦੇ ਵਿੱਚ ਜੀ ਉਹਨਾਂ ਨੇ ਕਈ ਕਿਸਾਨ ਜਿਹੜੇ ਨੇ ਉਹਨਾਂ ਦਾ ਕਰਜ਼ਾ ਤਾਂ ਕੀ ਮਾਫ ਕਰਨਾ ਸੀਗਾ, ਉਹ ਕਈਆਂ ਨੂੰ ਇਸ ਤਰ੍ਹਾਂ ਦਿਖਾਇਆ ਵੀ ਉਹ ਮਰ ਚੁੱਕੇ ਨੇ। ਅੱਛਾ, ਉਹ ਲਿਸਟ ਹੀ ਏਦਾਂ ਦੀ ਤਿਆਰ ਕਰ ਦਿੱਤੀ ਗਈ ਵੀ ਆਹ ਜਿਹੜੇ ਫਾਰਮਰ ਹੈ ਇਹ ਮਰ ਚੁੱਕੇ ਆ, ਔਰ ਉਹ ਬੰਦੇ ਕਾਗਜ਼ ਚੱਕੀ ਫਿਰਦੇ, ਉਹ ਕਹਿੰਦੇ ਆ ਮੈਨੂੰ ਇਹਨਾਂ ਨੇ ਮਾਰ ਹੀ ਦਿੱਤਾ। ਸੋ ਹਿੰਦੁਸਤਾਨ ਹੈ ਜੀ, ਉੱਥੇ ਬਹੁਤ ਕੁਝ ਹੋ ਸਕਦਾ। ਹੁਣ ਤੁਸੀਂ ਆਗੇ ਆਗੇ ਦੇਖੇ ਹੋਤਾ ਹੈ ਕਿਆ, ਆ ਜਿਹੜੇ ਹੁਣ ਭਗਵਾ ਰੰਗ ਤੇ ਜੈ ਰਾਧੇ ਰਾਧੇ ਕਰਨ ਵਾਲੀਆਂ, ਚਾਹੇ ਉਹ ਹੇਮਾ ਮਾਲਿਨੀ ਆ, ਇਹ ਹੁਣ ਰਾਧੇ ਰਾਧੇ ਹੀ ਹੋਊਗਾ ਜੀ। ਹੈਲੋ ਦੇਸ਼ ਪੰਜਾਬ ਜੀ, ਸਤਿ ਸ੍ਰੀ ਅਕਾਲ। ਹਾਂ ਹੁਣ ਹੁਣ ਆਵਾਜ਼ ਆਵਾਜ਼ ਠੀਕ ਹੈ ਵੈਸੇ। ਹਾਂਜੀ ਬੋਲੋ। ਅੱਛਾ, ਉਧਰੋਂ ਦੀ ਪੂਰਾ ਨੈਕਸਸ ਬਣਿਆ ਪਿਆ ਪੰਜਾਬ ਦੇ ਏਜੰਟ ਦਾ, ਮੇਨ ਲੋਬੀ ਪੰਜਾਬ ਦੀ ਆ। ਅੱਛਾ, ਕਿਉਂਕਿ ਮੇਨ ਲੋਬੀ ਪੰਜਾਬ, ਹਰਿਆਣਾ, ਅੱਛਾ ਰਾਜਸਥਾਨ, ਜਿੰਨੇ ਜਿੰਨੇ ਜਿੰਨੀ ਜਿੰਨੀ ਉੱਥੇ ਮਤਲਬ ਕਿ ਸਾਡੇ ਲਈ ਪੜ੍ਹੇ ਪੜ੍ਹਨੇ ਪੜ੍ਹਨ ਵਾਲੇ ਰਸਤੇ ਨਹੀਂ ਆਉਣਾ ਜਾਂਦੇ ਬਾਹਰ, ਇਹਨਾਂ ਦਾ ਬਣਦਾ ਨੀ ਆ ਕੁਛ ਵੀ, ਤੇ ਜਿਹਨਾਂ ਦੇ ਵਿੱਚ ਪੈਸ਼ਨ ਤੇ ਹੈ ਬਟ ਉਹਨੂੰ ਸਹੀ ਜਗ੍ਹਾ ਤੇ ਫੋਕਸ ਨਹੀਂ ਕਰ ਪਾਉਂਦੇ, ਤੇ ਉਹਨਾਂ ਨੂੰ ਹੈਗਾ ਕਿਸੇ ਨਾ ਕਿਸੇ ਤਰੀਕੇ ਨਿਕਲੀ ਗਏ। ਠੀਕ ਹੈ, ਏਜੰਟ ਇਹੀ ਕੰਮ ਕਰਦੇ ਆ ਜੀ ਵੀ ਉਹ ਲੱਭਦੇ ਆ ਵੀ ਕਿਹੜੇ ਦੇਸ਼ ਦੇ ਵਿੱਚ ਗੁਮਨਾਮ ਏਜੰਟ ਨੇ, ਗੁਮਨਾਮ ਨੇ, ਗੁਮਨਾਮ ਨੇ, ਗੋਸਟ, ਜਿਹਨੂੰ 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 ਕਹਿੰਦੇ ਗੋਸਟ ਕੰਸਲਟੈਂਟ, ਗੁਮਨਾਮ। ਜੀ, ਇਹਨਾਂ ਦੇ ਕੋਈ ਆਫਿਸ ਨਹੀਂ ਹੈਗੇ, ਇਹਨਾਂ ਦੇ ਕੋਈ ਦਫ਼ਤਰ ਨਹੀਂ ਹੈਗੇ ਜੀ। ਅੱਛਾ, ਬਾਏ ਮਾਊਥ ਇਹਨਾਂ ਦੀ ਪਬਲਿਸਿਟੀ ਹੁੰਦੀ ਆ। ਬਾਏ ਮਾਊਥ ਇਹਨਾਂ ਦੀ ਪਬਲਿਸਿਟੀ ਹੁੰਦੀ ਆ, ਵਰਡ ਆਫ ਮਾਊਥ। ਤੇ ਇਹਨਾਂ ਦੀ ਫਿਰ ਨੈਟਵਰਕ ਜਿੰਨੇ ਜ਼ਿਆਦਾ ਪਿੰਡਾਂ 'ਚ ਜ਼ਿਆਦਾ ਸਟਰੋਂਗ ਆ। ਨਿਕਲੇ ਸੀਗੇ ਚਾਚੇ ਤਾਏ ਦੇ ਮੁੰਡੇ ਇਕੱਠੇ, ਤਿੰਨ ਇਕੱਠੇ ਨਿਕਲੇ ਹੋ। ਅੱਛਾ, ਤੇ ਉਹਨਾਂ ਦਾ 2009 ਦੇ ਵਿੱਚ ਨਿਕਲੇ, ਉਹ 10 ਦੇ ਵਿੱਚ ਉਹ ਪਹੁੰਚੇ ਉੱਥੇ, 1 ਸਾਲ ਲੱਗ ਗਿਆ ਉਹਨਾਂ ਨੂੰ ਪੂਰਾ ਪ੍ਰੋਸੈਸ। ਐਲ ਸਾਲਵਾਡੋਰ ਤੋਂ ਅੱਗੋਂ ਦੀ ਮੈਕਸੀਕੋ ਤੋਂ ਅੱਗੋਂ ਦੀ ਇਹਨਾਂ ਨੇ ਫਿਰ ਸਿੱਧਾ ਮਤਲਬ ਬਾਰਡਰ ਜਾ ਕੇ, ਤੁਸੀਂ ਪਹਿਲੇ ਤੇ ਇਹੀ ਹੁੰਦਾ ਸੀ ਨਾ ਤੇ ਤੁਸੀਂ ਬਾਰਡਰ ਤੇ ਜਾਣਾ, ਆਪਣੇ ਨੂੰ ਅਰੈਸਟ ਕਰਵਾ ਦਿਓ। ਅੱਛਾ, ਸਾਨੂੰ ਉਹ ਕੈਂਪ ਚ ਪਾ ਦਿੰਦੇ ਨੇ, ਡਿਟੇਨ ਕਰ ਲੈਂਦੇ ਨੇ, ਤੁਹਾਡੀ ਹੇਅਰਿੰਗ ਹੁੰਦੀ ਹੈ, ਤੁਹਾਡਾ ਬੌਂਡ ਪੈਂਦਾ ਵੇ, ਤੁਹਾਨੂੰ ਕੋਈ ਗਰੰਟੀ ਪਾਉਂਦਾ, ਤੁਹਾਡੀ ਕੋਈ $5,000 ਤੋਂ ਸਟਾਰਟ ਹੁੰਦਾ ਸੀਗਾ, ਫਿਰ ਤੁਹਾਨੂੰ ਬਾਹਰ ਕੱਢ ਲੈਂਦੇ ਹੋ, ਅਸਾਈਲਮ ਤੁਹਾਡਾ ਕੇਸ ਲੱਗਦਾ, ਨੀਤੀਆਂ ਚੇਂਜ ਹੋ ਗਈਆਂ।
ਨਕੇਲ 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 ਬੰਦੇ ਨੇ ਪਰ ਉਹਨੇ ਇਹੋ ਜਿਹੀ ਪਾਈ ਆ ਹੁਣ ਤੁਸੀਂ ਮੰਨੋਗੇ ਸਰ ਮੈਕਸੀਕੋ ਬਾਰਡਰ ਦੇ ਉੱਤੇ ਨਾ 400,000 ਬੱਚੇ ਡਿਲੀਵਰੀਆਂ ਹੋ ਜਾਂਦੀਆਂ ਉੱਥੇ ਸਾਲ ਦੇ ਵਿੱਚ 4,00,000 ਡਿਲੀਵਰੀਆਂ ਮੈਕਸੀਕਨ ਵੂਮਨ ਮਤਲਬ ਬਾਰਡਰ ਤੇ ਆਉਂਦੀਆਂ ਤੇ ਬੱਚਾ ਜੰਮ ਦਿੰਦੀਆਂ ਤੇ ਉਹ ਫਿਰ ਉਹਨੇ ਕੰਮ ਖਤਮ ਕਰਨ ਵਾਸਤੇ ਨਾ ਹੁਣ ਉਹਨੇ ਕੀਤਾ ਵੇ ਕਿ ਜੇ ਤੇ ਬਾਰਡਰ ਟੱਪ ਕੇ ਜਦੋਂ ਕੋਈ ਬੰਦਾ ਆਪਣੇ ਡਿਟੇਨ ਕਰਵਾਉਂਦਾ ਉਹ ਕਹਿੰਦਾ ਛੱਡਣਾ ਨੀ ਇਹਨਾਂ ਨੂੰ ਜਿਹੜੀ ਹੇਅਰਿੰਗ ਹੋਏਗੀ ਵੀ ਨਾ ਉਹ ਜੱਜ ਤੁਸੀਂ ਇਹਨੂੰ ਜੇਲ੍ਹ ਤੋਂ ਹੀ ਲੈ ਕੇ ਜਾਣਾ ਸਿੱਧਾ ਉੱਥੇ ਨੇ ਜਾਂ ਵੀਡੀਓ ਕਾਨਫਰੰਸਿੰਗ ਕਰਵਾਉਣੀ ਹੈ ਜੇ ਇਹਦੇ ਦਲੀਲਾਂ ਚ ਤੇਰੇ ਸਬੂਤ ਚ ਦਮ ਹੋਏਗਾ ਜਿੱਦਾਂ ਸਾਨੂੰ ਵੀ ਪਤਾ ਹੀ ਡਾਕੂਮੈਂਟੇਸ਼ਨ ਜਿਹੜੀਆਂ ਜੇ ਪੋਜ਼ਿਟਿਵ ਹੋਣਗੀਆਂ ਫੇਰ ਇਹਨੂੰ ਛੱਡ ਦਿੱਤਾ ਜਾਏਗਾ ਨਹੀਂ ਤੇ ਇਹਨਾਂ ਨੂੰ ਸਿੱਧਾ ਡਿਪੋਰਟ ਕੀਤਾ ਜਾਏਗਾ ਵਾਪਸ ਕਿਉਂਕਿ ਇਹਨਾਂ ਨੂੰ ਆਪਣੀ ਕੰਟਰੀ ਤੇ ਦੱਸਣੀ ਪੈਣੀ ਆ ਅਸਾਈਲਮ ਲਵਾਉਣ ਲਈ ਬਿਲਕੁਲ 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 ਇਸੇ ਕਰਕੇ ਬ੍ਰਦਰ ਇਸੇ ਕਰਕੇ ਮੈਨੂੰ ਟਰੰਪ ਦੀ ਨਾਰਮਲੀ ਲੋਕੀ ਟਰੰਪ ਨੂੰ ਐਕਚੁਅਲੀ ਕ੍ਰਿਟਿਸਾਈਜ਼ ਬਹੁਤ ਕਰਦੇ ਆ ਲੇਕਿਨ ਟਰੰਪ ਦੀ ਪਾਲਿਸੀ ਨੂੰ ਮੈਂ ਕੋਸ਼ਿਸ਼ ਕਰ ਰਹੇ ਨਾ ਕਿ ਜਿਹਨੂੰ ਤੁਸੀਂ ਕਿਹਾ ਨਾ ਇਹਨੂੰ ਪਹਿਲਾਂ ਕਹਿੰਦੇ ਸੀ ਕੈਚ ਐਂਡ ਰਿਲੀਜ਼ ਪਹਿਲਾਂ ਕੈਚ ਕਰ ਲਿਆ ਫਿਰ ਉਹ ਕਹਿੰਦੇ ਕਿ ਵੀ ਅਪੀਲ ਹੋਏਗੀ ਤੁਸੀਂ ਰਿਲੀਜ਼ ਕਰ ਦੋ ਤੇ ਬਾਅਦ ਚ ਮੁੜ ਕੇ ਉਹ ਲੱਭਦੇ ਨੀ ਗਾਇਬ ਹੋ ਜਾਂਦੇ ਨੰਬਰ 1 ਇਹ ਖਤਮ ਹੋ ਗਿਆ ਦੂਸਰਾ ਇੱਕ ਹੋਰ ਚੀਜ਼ ਹੈ ਕਿ ਵੀ ਜਦ ਤੁਸੀਂ ਅਸਾਈਲਮ ਫਾਈਲ ਕਰਦੇ ਹੋ ਨਾ ਅਮਰੀਕਨ ਸਿਸਟਮ ਵਿੱਚ ਆ ਕੇ ਤੇ ਤੁਹਾਨੂੰ ਅਮਰੀਕਾ ਰਹਿਣ ਦੀ ਲੋੜ ਨਹੀਂ ਹੈ ਮੁੜ ਕੇ ਤੁਹਾਨੂੰ ਮੈਕਸੀਕੋ ਭੇਜ ਦਿਆ ਜਾਏਗਾ ਜਦ ਤੁਹਾਡਾ ਨੰਬਰ ਆਏਗਾ US ਐਮਬੈਸੀ ਮੈਕਸੀਕੋ ਸਿਟੀ ਜਾ ਕੇ ਉੱਥੇ ਆਪਣਾ ਕੰਮ ਕਰਨਾ ਜੋ ਵੀ ਉਹ ਸੁਣਵਾਈ ਕਰਨਾ ਸੋ ਮੈਨੂੰ ਲੱਗਦਾ ਕਿ ਇਸ ਕਰਕੇ ਇਹ ਸਾਰਾ ਜਿਹੜੀ ਤੁਸੀਂ ਨਕੇਲ ਦੀ ਗੱਲ ਕੀਤੀ ਨਾ ਇਸ ਨਕੇਲ ਪੈ ਜਾਣੀ ਸਾਰੀ ਤੀਸਰੀ ਹਾਂਜੀ ਪੁਰਾਣੇ ਟਾਈਮ ਚ ਪਤਾ ਕੀ ਹੋ ਜਾਂਦਾ ਸੀ ਦੂਜੀਆਂ ਸਰਕਾਰਾਂ ਸੀਗੀਆਂ ਭੁੱਖ ਹੜਤਾਲ ਕਰਦੇ ਸੀ ਇੰਡੀਆ ਵਾਲੀ ਅੰਦਰ ਬੈਠੇ ਦੇ ਫਾਈਲਾਂ ਖੋਲੋ ਤੇ ਸਾਡੀਆਂ ਹੀਅਰਿੰਗ ਜਲਦੀ ਜਲਦੀ ਪਾਓ ਸਾਨੂੰ ਬਾਹਰ ਕੱਢੋ ਬੌਂਡ ਪਾਓ ਸਾਨੂੰ ਇਹਨਾਂ ਨੇ ਉਹੀ ਕੰਮ ਕੀਤਾ 120 ਬੰਦੇ ਸੀਗੇ ਟੋਟਲ ਜਿੱਥੇ ਮੇਰਾ ਆਈਡੀ ਹੈ 100 ਤੋਂ 30 ਸੀਗੇ ਤੇ ਇਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਇਹ ਕੰਮ ਸਟਾਰਟ ਕਰਤਾ ਉਹਨਾਂ ਨੇ ਟੈਕਸਸ ਕੋਰਟ ਦੇ ਵਿੱਚ ਕੇਸ ਲੈ ਕੇ ਗਏ ਕਿ ਯਾਰ ਰੋਟੀ ਨਹੀਂ ਖਾ ਰਹੇ ਭੁੱਖ ਹੜਤਾਲ ਤੇ ਬਹਿ ਗਏ ਨੇ ਜੱਜ ਨੇ ਮੈਂ ਵਿਆਹ ਨੀ ਕਰ ਰਿਹਾ ਸਰ ਜਿਹੜੀ ਤੇ ਨਿਊਜ਼ ਆਈ ਹੈ ਜੱਜ ਨੇ ਖੁਦ ਆਦੇਸ਼ ਦਿੱਤੇ ਇਹਨਾਂ ਦੇ ਹੱਥ ਪੈਰ ਬੰਨ ਕੇ ਨੱਕ ਥਾਣੀ ਇਹਨਾਂ ਦੇ ਰੋਟੀ ਪਾਓ ਕਿ ਮਰ ਨਾ ਅੰਦਰ ਕਸਟਡੀ ਤੇ ਜਿਹੜਾ ਸਾਨੂੰ ਕਿ ਫਰ ਰਾਈਟ ਤੋਂ ਜਵਾਬ ਦੇਣਾ ਪੈਣਾ ਮਤਲਬ ਇੱਥੇ ਤੱਕ ਮਤਲਬ ਕਿ ਟਰੰਪ ਨੇ ਮਤਲਬ ਕਿ ਇਹਨਾਂ ਨੂੰ ਕਰ ਦਿੱਤਾ ਹੋਇਆ ਵੇ ਕਿ ਇਹ ਬ੍ਰੇਕ ਕਰਨਾ ਵੇ ਨੈਕਸਿਸ ਜਿੱਦਾਂ ਹੋ ਸਕਦਾ ਵੇ ਇਸੇ ਕਰਕੇ ਦੇਖੋ ਇਸ ਤਰ੍ਹਾਂ ਆਮ ਜਸਟ ਗੋਇੰ ਟੂ ਕੀਪ ਇਟ ਸ਼ਾਰਟ ਐਂਡ ਸਿੰਪਲ ਐਕਚੁਅਲੀ ਇਸੇ ਕਰਕੇ ਨਾ ਮੈਨੂੰ ਟਰੰਪ ਦੀ ਇਮੀਗ੍ਰੇਸ਼ਨ ਪਾਲਿਸੀ ਪਸੰਦ ਹੈ ਐਜ਼ ਅ ਸਿਟੀਜ਼ਨ ਆਫ ਅਮਰੀਕਾ ਜੋ ਆਫਕੋਰਸ ਆਈ ਐਮ ਨਾਟ ਬਟ ਜਿਹੜੇ ਲੋਕ ਉੱਥੇ ਟਰੰਪ ਨੂੰ ਵੋਟ ਕਰਦੇ ਆ ਉਹ ਇਸੇ ਕਰਕੇ ਪਸੰਦ ਕਰਦੇ ਆ ਕਿਉਂਕਿ ਟਰੰਪ ਨੇ ਅਮਰੀਕਾ ਫਸਟ ਨੂੰ ਨਾਰਾ ਮੁੱਖ ਕਰਕੇ ਨਾ ਉਹ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਸਟਰੋਂਗ ਕਰਦੇ ਆ ਕਿ ਵੀ ਇੱਥੇ ਕੋਈ ਅਨਆਥੋਰਾਈਜ਼ ਬੰਦਾ ਨਾ ਆ ਜਾਏ ਜਿਹੜੀ ਹੁਣ ਵਾਲ ਬਣਾਉਣੀ ਫਲਾਨਾ ਬਣਾਉਣਾ ਚਲੋ ਆਫਕੋਰਸ ਉੱਥੇ ਰੈਜ਼ੀਡੈਂਸ ਹੈ ਲੇਕਿਨ ਅਗਰ ਜਿਸ ਤਰ੍ਹਾਂ ਹੁਣ ਇੰਡੀਆ ਦੇਖ ਲਓ ਇੰਡੀਆ 'ਚ ਪਹਿਲਾਂ ਕਿੰਨੇ ਜ਼ਿਆਦਾ ਬੰਗਲਾਦੇਸ਼ ਤੋਂ ਬੰਦੇ ਟੱਪਕੇ ਆ ਜਾਂਦੇ ਸੀ ਇੰਡੀਅਨ ਗਵਰਨਮੈਂਟ ਨੂੰ ਪਤਾ ਹੀ ਨਹੀਂ ਕਿ ਵੀ ਕੌਣ ਆ ਰਿਹਾ ਨਹੀਂ ਆ ਰਿਹਾ ਜਿਹੜੇ ਹੁਣ ਤੁਸੀਂ ਅਗਰ ਕਿੰਨੇ ਵੀ ਓਵਰਸੇ ਕਰ ਗਏ ਕਿਸੇ ਨੂੰ ਪਤਾ ਹੀ ਨਹੀਂ ਹੈ ਕੀ ਹੈ ਹੁਣ ਕੱਲ ਪਰਸੋਂ ਖਬਰ ਆਈ ਹੈ ਕਿ ਕੁਛ ਰਾਜਸਥਾਨ ਵਿੱਚ ਪਾਕਿਸਤਾਨੀ ਜਿਹੜੇ ਲੋਕ ਨੇ ਉਹ ਇੰਡੀਅਨ ਇਮੀਗ੍ਰੇਸ਼ਨ ਲੈ ਗਏ ਪਤਾ ਨਹੀਂ ਉਹ ਕੀ ਉਹਨਾਂ ਦਾ ਹਿਸਾਬ ਕਿਤਾਬ ਹੈ ਕਿਸ ਤਰ੍ਹਾਂ ਹੈ ਪਤਾ ਨਹੀਂ ਕਿਸ ਤਰ੍ਹਾਂ ਮਤਲਬ ਕਿ ਜਦ ਤੱਕ ਕਿਸੇ ਕੰਟਰੀ ਦਾ ਆਪਣੇ ਇਮੀਗ੍ਰੇਸ਼ਨ ਤੇ ਕੰਟਰੋਲ ਨਹੀਂ ਹੈ ਤੇ ਉਹ ਕਿੱਦਾਂ ਹਿਫਾਜ਼ਤ ਕਰੇਗਾ ਇਮੀਗ੍ਰੇਸ਼ਨ ਹੁੰਦੀ ਨੀ ਉੱਥੇ ਤੇ ਉਹਦੀ ਪਾਲਿਸੀ ਇਸ ਕਰਕੇ ਵਧੀਆ ਤੇ ਤੁਸੀਂ ਇੱਕ ਚੀਜ਼ ਨੋਟ ਕਰ ਲਿਓ ਕਿ ਜਿਹੜੀ ਕਿ ਟਰੰਪ ਦੇ ਤੁਸੀਂ ਕਿਸੇ ਵੀ ਫੋਰਸ ਫੇਸਬੁੱਕ ਦੇ ਪੋਸਟ ਖੋਲੋਗੇ ਨਾ ਉਹਦੇ ਕਮੈਂਟਾਂ ਦੇ ਉੱਤੇ ਨਾ ਹਮੇਸ਼ਾ ਪੋਜ਼ਿਟਿਵ ਹੁੰਦੀ ਜਿਹੜੇ ਉਹਨਾਂ ਦੇ ਉੱਧਰ ਦੇ ਸਿਟੀਜ਼ਨ ਨੇ ਇਹ ਤੇ ਟਰੂਡੋ ਦੀ ਖੋਲ ਕੇ ਜੱਸੀ ਟਰੂਡੋ ਦੀ ਮੈਂ ਉਹਨਾਂ ਨੇ ਸਾਫ਼ ਲਿਖ
ਨਹੀਂ ਟਰੂਡੋ ਨੇ ਤੇ ਲਿਖਤਾ ਸੀ ਕਿ ਦੁਨੀਆ ਚ ਕਿਸੇ ਨੂੰ ਅਗਰ ਪਨਾਹ ਨਹੀਂ ਹੈ ਉਹ ਕੈਨੇਡਾ ਆ ਜਾਓ ਤੇ ਉਹ ਤੇ ਇੱਥੇ ਤੇ ਹੜ ਆ ਗਿਆ ਸੀ ਐਕਚੁਅਲੀ ਲੋਕੀ ਤੁਰੇ ਆਉਂਦੇ ਸੀ ਆ ਕੇ ਉਹ ਮੈਂ ਐਕਚੁਅਲੀ ਕਾਲ ਮੈਨੂੰ ਕੋਈ ਅਫਗਾਨਿਸਤਾਨ ਤੋਂ ਕਾਲ ਕਰਦਾ ਕੋਈ ਅਲਜੀਰੀਆ ਤੋਂ ਕਾਲ ਕਰਦਾ ਮੈਂ ਕਿਹਾ ਤੁਸੀਂ ਵਾਈ ਯੂ ਕਾਲਿੰਗ ਕਹਿੰਦੇ ਅਸੀਂ ਤੇ ਸੁਣਿਆ ਕਿ ਟਰੂਡੋ ਸਾਨੂੰ ਇਨਵਾਈਟ ਕਰ ਰਿਹਾ ਕਿ ਤੁਸੀਂ ਸਾਨੂੰ ਕਹਿੰਦੇ ਨਾ ਆਓ ਟਰੂਡੋ ਸਾਨੂੰ ਕਹਿ ਰਹੇ ਆਓ 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 ਇਹ ਤਾਂ ਕਰਕੇ ਤੇ ਇੰਨਾ ਜ਼ਿਆਦਾ ਇਹ ਰੈਫਿਊਜੀ ਇਕੱਠੇ ਹੋ ਗਏ ਅੱਜ ਇਸ ਵਕਤ ਮੇਰਾ ਓਪੀਨੀਅਨ ਹੈ ਇਹਦੇ ਉੱਤੇ ਚਲੋ ਕਿਸੇ ਹੋਰ ਦਾ ਹੋ ਸਕਦਾ ਨਹੀਂ ਜਦੋਂ ਤੁਸੀਂ ਇੰਡੀਆ ਦਾ ਜਦੋਂ ਤੁਸੀਂ ਦੇਖੋ ਨਾ ਪ੍ਰੋਪਰ ਇੰਡੀਆ ਨੂੰ ਦੇਖੋ ਜਦੋਂ ਦੋ ਕੌਮਾਂ ਨੇ ਜਿਹੜੀਆਂ ਕਿ ਦੱਬ ਕੇ ਰਾਜੀ ਨਹੀਂ ਹੈਗੀਆਂ ਕਿਸੇ ਥੱਲੇ ਇੱਕ ਹੈਗੇ ਥੱਲੜੀ ਸਾਈਡ ਤੇ ਮਰਾਠੇ ਜਿਹੜੇ ਮਹਾਰਾਸ਼ਟਰ ਬਟ ਉਹਨਾਂ ਦੀ ਸੈਟਿੰਗ ਵਧੀਆ ਗਵਰਨਮੈਂਟ ਨਾਲ ਹੋ ਚੁੱਕੀ ਹੋਈ ਹੈ ਉਹਨਾਂ ਨੂੰ ਜੋ ਚਾਹੀਦਾ ਉਹ ਮਿਲ ਰਿਹਾ ਕੰਟਰੋਲ ਉਹਨਾਂ ਦੇ ਫਾਈਨੈਂਸ਼ੀਅਲ ਸਿਸਟਮ ਸਾਰਾ ਉੱਥੇ ਬੈਠਾ ਫਿਲਮ ਇੰਡਸਟਰੀ ਉੱਥੇ ਬੈਠੀ ਜੀ ਉਹੀ ਮੈਂ ਦੱਸਿਆ ਉਹੀ ਸਰ ਮੈਂ ਕੰਟੀਨਿਊ ਕਰਾਂਗਾ ਤੇ ਪੰਜਾਬ ਐਸਾ ਵੇ ਕਿ ਇਹਨਾਂ ਨੂੰ ਪਤਾ ਹੈ ਕਿ ਜੇ ਇਹਨਾਂ ਨੂੰ ਕੰਟਰੋਲ ਚ ਨਹੀਂ ਨਾ ਆ ਰਹੇ ਇਹਨਾਂ ਨੂੰ ਇਹ ਯੂਥ ਦੇ ਉੱਤੇ ਵਾਰ ਕਰੋ ਇਹਨਾਂ ਨੂੰ ਉੱਥੋਂ ਕੱਢੋ ਇੱਕ ਵਾਰੀ ਤੁਸੀਂ ਤੁਹਾਨੂੰ ਪਤਾ ਇੱਕ ਵਾਰੀ ਇੰਡੀਅਨ ਪਾਸਪੋਰਟ ਹੱਥੋਂ ਨਿਕਲ ਗਿਆ ਤੁਹਾਨੂੰ ਤੁਸੀਂ ਸਿਰਫ ਔਰ ਸਿਰਫ ਕੈਸ਼ ਕਾਓ ਇੰਡੀਆ ਵਾਸਤੇ ਤੁਸੀਂ ਖਾਤਾ ਖੋਲ ਸਕਦੇ ਹੋ ਉੱਥੇ ਤੇ ਜ਼ਮੀਨਾਂ ਦੇ ਉੱਤੇ ਇਨਵੈਸਟ ਕਰ ਸਕਦੇ ਹੋ ਬਿਜ਼ਨਸ ਚ ਇਨਵੈਸਟ ਕਰ ਸਕਦੇ ਹੋ ਕੋਈ ਅੰਦਰਲੀ ਤੁਸੀਂ ਕੋਈ ਮਤਲਬ ਦੇਸ਼ ਦੇ ਉੱਤੇ ਤੁਸੀਂ ਕੋਈ ਨਹੀਂ ਤੁਸੀਂ ਕੋਈ ਪਾਲਿਸੀ ਦੇ ਵਿੱਚ ਨਹੀਂ ਆ ਸਕਦੇ ਕੁਛ ਨਹੀਂ ਐਜ਼ ਅ ਦੂਸਰੀ ਕੰਟਰੀ ਦਾ ਸਿਟੀਜ਼ਨ ਐਸੀ ਚੀਜ਼ ਦਾ ਫਾਇਦਾ ਐਸੀ ਦਾ ਫਾਇਦਾ ਕੈਨੇਡਾ ਨੂੰ ਪੂਰਾ ਹੋ ਰਿਹਾ ਕਿਉਂਕਿ ਤੁਸੀਂ ਹਿਸਾਬ ਲਗਾਓ 2015 ਤੋਂ ਪਹਿਲੇ ਸਰ ਤੁਹਾਡੇ ਤੁਹਾਨੂੰ ਵੀ ਸਰ ਇਹ ਤਾਂ ਪਤਾ ਹੈਗਾ ਵਰਕ ਪਰਮਿਟ ਨਾਮ ਦੀ ਚੀਜ਼ ਨਹੀਂ ਸੀਗੀ ਪਾਲਿਸੀ ਟਰੂਡੋ ਆਇਆ ਟਰੂਡੋ ਨੇ ਕੀਤਾ ਵੋਟ ਬੈਂਕ ਬਣਾਉਣ ਵਾਸਤੇ ਪਹਿਲੇ ਦੇ ਪੰਜਾਬੀਆਂ ਨੂੰ ਵਾਰ ਈਏਪੀ ਜਿੰਨਾ ਈਐਸਐਲ ਕਦੀ ਨੀ ਲੱਗਿਆ ਸੀਗਾ ਈਐਸਐਲ ਕੋਰਸ ਈਏਪੀ ਜਿਹੜਾ ਇੱਕ ਇੰਗਲਿਸ਼ ਐਜ਼ ਅਟੈਚਮੈਂਟ ਪਰਪਸ ਉਹ ਸਾਰਾ ਇੰਡੀਅਨ ਸਟੂਡੈਂਟ ਲਾ ਲਗਾ ਲਗਾ ਕੇ 5:30 ਤੇ ਵੀ ਵੀਜ਼ਾ ਲੱਗਾ 5 ਤੇ ਵੀ ਲੱਗਾ ਤੇ ਬੱਚਾ ਪਹੁੰਚਿਆ ਫਿਰ ਓਪਨ ਵਰਕ ਪਰਮਿਟ ਟਰੂਡੋ ਦੀ ਸਰਕਾਰ ਨੇ ਪਾਲਿਸੀ ਕੀਤੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੀ ਸਾਈਕੋਲੋਜੀ ਜਿਹੜੀ ਹੈਗੀ ਨਾ ਪੰਜਾਬੀਆਂ ਦੀ ਇਹਨਾਂ ਦੀ ਇਹ ਕਿ ਜਿਹਨਾਂ ਨੇ ਇਹਦੀ ਮਦਦ ਕੀਤੀ ਨਾ ਇਹਨਾਂ ਦੀ ਮਦਦ ਕੀਤੀ ਉਹਨਾਂ ਨੂੰ ਰੱਬ ਬਣਾ ਲੈਂਦੇ ਨੇ ਉਹਨਾਂ ਨੂੰ ਰੱਬ ਬਣਾ ਲੈਂਦੇ ਨੇ ਤੁਸੀਂ ਕਿਸੇ ਪੰਜਾਬੀ ਨੂੰ ਅੱਜ ਕਹਿ ਲਓ ਕਿ ਜਸਟਿਨ ਟਰੂਡੋ ਬਾਰੇ ਤੇਰਾ ਕੀ ਵਿਚਾਰ ਹੈ ਉਹਨੇ ਕਹਿਣਾ ਯਾਰ ਪੰਜਾਬੀਆਂ ਦੇ ਨਾਮ ਤੇ ਵੀ ਬੱਲੇ ਬੱਲੇ ਯਾਰ ਬੰਦਾ ਓਪਰੇਟਰ ਤੇ ਤੁਸੀਂ ਦੱਸੋ ਉਹਨਾਂ ਚ ਵੋਟ ਨਹੀਂ ਕਰਨਗੇ ਇਹਨੂੰ ਨਹੀਂ ਮੇਰੇ ਖਿਆਲ ਤੁਸੀਂ ਸ਼ਾਇਦ ਇਸ ਗੱਲ ਤੇ ਨਾ ਤੁਸੀਂ ਮੈਂ ਥੋੜਾ ਜਿਹਾ ਤੁਹਾਡੇ ਨਾਲ ਦੋਨਾਂ ਨਾਲ ਹੀ ਡਿਫਰ ਕਰਦਾ ਚਾਹੇ ਉਹ ਪ੍ਰਾਈਮ ਮਿਨਿਸਟਰ ਟਰੂਡੋ ਦੀ ਗੱਲ ਤੁਸੀਂ ਕਰ ਰਹੇ ਹੋ ਤੇ ਚਾਹੇ ਟਰੰਪ ਦੀ ਕਰ ਰਹੇ ਹੋ ਆਈ ਡਿਸਐਗਰੀ ਉਹ ਅੱਜ ਟਰੰਪ ਦੀ ਮੈਂ ਸੁਣ ਰਿਹਾ ਸੀਗਾ ਉਹਦੀ 40% ਤੋਂ ਥੱਲੇ ਦੀ ਰੇਟਿੰਗ ਹੋ ਚੁੱਕੀ ਆ ਉਹਦੀ ਆਲਰੇਡੀ ਠੀਕ ਆ ਉਹਦਾ ਇੱਕ ਨਾ ਗਰੁੱਪ ਹੈਗਾ ਜਿਵੇਂ ਨਰਿੰਦਰ ਮੋਦੀ ਦੇ ਪਿੱਛੇ ਭਗਵਾਂ ਕੱਪੜਿਆਂ ਵਾਲੇ ਭੱਜੇ ਫਿਰਦੇ ਇਸੇ ਤਰ੍ਹਾਂ ਟਰੰਪ ਮਗਰ ਵੀ ਤੁਰੇ ਫਿਰਦੇ ਹਾਂ ਇਸੇ ਤਰ੍ਹਾਂ ਟਰੰਪ ਦੇ ਪਿੱਛੇ ਵੀ ਹੈਗੇ ਆ ਪਰ ਜੇ ਨਾ ਤੁਸੀਂ ਇੱਕ ਟਰੂਡੋ ਦਾ ਬਾਪ ਪੀਅਰ ਐਲੀਅਟ ਟਰੂਡੋ ਉਹਨੇ ਦੁਨੀਆ ਘੁੰਮੀ ਸੀਗੀ ਸਾਰੇ ਪਾਸੇ ਦੀਨ ਦੁਨੀਆ ਨਾ ਦੇਖੀ ਸੀ ਉਹਨੇ ਬਹੁਤ ਟਰੈਵਲ ਕੀਤਾ ਸੀਗਾ ਜਿਹੜਾ ਜਦੋਂ ਬੰਦਾ ਕੋਈ ਟਰੈਵਲ ਕਰਦਾ ਨਾ ਤਾਂ ਉਹਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪਤਾ ਲੱਗਦੀਆਂ ਵੀ ਦੀਨ ਦੁਨੀਆ ਚ ਹੋ ਕੀ ਰਿਹਾ ਤੇ ਉਹਨਾਂ ਨੇ ਇੱਕ ਗੱਲ ਆਖੀ ਸੀ ਉਸ ਸਮੇਂ ਦੇ ਵਿੱਚ ਵੀ ਜਿਹੜਾ ਸਦਰਨ ਹਿੱਸਾ ਹੈ ਨਾ ਧਰਤੀ ਦਾ ਉੱਥੇ ਇੰਨੀ ਭੁੱਖਮਰੀ ਤੇ ਗਰੀਬੀ ਵਧਣੀ ਆ ਕਿ ਜਦੋਂ ਉੱਥੋਂ ਲੋਕ ਤੁਰ ਪਏ ਨਾ ਇੱਧਰ ਨੂੰ ਨੌਰਥ ਵਾਲੇ ਪਾਸੇ ਨੂੰ ਤਾਂ ਤੁਸੀਂ ਰੋਕ ਨਹੀਂ ਸਕਣਾ ਔਰ ਦੁਨੀਆ ਨੇ ਤੁਰਨਾ ਔਰ ਤੁਰੀ ਆ ਜਦੋਂ ਲੋਕ ਤੁਰ ਪੈਂਦੇ ਨੇ ਉਹ ਕਹਿੰਦੇ ਸੀ ਵੀ ਤੁਸੀਂ ਰੋਕ ਨਹੀਂ ਸਕਣਾ ਇਹਦੇ ਨਾਲ ਉਹ ਬਿਹਤਰ ਆ ਵੀ ਤੁਸੀਂ ਇਸ ਤਰ੍ਹਾਂ ਦੇ ਕਾਇਦੇ ਕਾਨੂੰਨ ਬਣਾਓ ਜਿਹਨਾਂ ਨਾਲ ਤੁਸੀਂ ਲੋਕਾਂ ਨੂੰ ਆਪਣੇ ਵਿੱਚ ਇੱਥੇ ਜਜ਼ਬ ਵੀ ਕਰ ਸਕੋ ਉਹ ਲੋਕ ਆ ਜਾਣ ਹੌਲੀ ਹੌਲੀ ਆਉਣ ਢੰਗ ਤਰੀਕੇ ਚ ਆ ਜਾਣ ਇਹ ਜਨਾਬ ਜੇ ਉਹਨਾਂ ਗੱਲਾਂ ਨੂੰ ਦੇਖੋ ਤੁਸੀਂ ਗੌਰ ਕਰੋ ਇਸ ਗੱਲ ਤੇ ਲੌਂਗ ਟਰਮ ਪਾਲਿਸੀ ਇਹ ਨਹੀਂ ਹੁੰਦਾ ਵੀ ਸਾਲ ਦੋ ਸਾਲਾਂ ਵਾਲੀ ਗੱਲ ਜਿਹੜੀ ਆ ਵੀ ਟਰੂਡੋ ਰਿਹਾ ਕਰਦੇ ਤਾਂ ਇੱਕ ਸੈਕਿੰਡ ਦੇਸ਼ ਦੀ ਜਿਹੜੀ ਦੇਖੋ ਇਕਨੋਮਿਕ ਪਾਲਿਸੀ ਆ ਉਹ ਨਿਰਭਰ ਕਰਦੀ ਆ ਪਾਪੂਲੇਸ਼ਨ ਤੇ ਜੇ ਬੰਦੇ ਹੀ ਹੈ ਨਹੀਂ ਤਾਂ ਇੱਥੇ ਤੁਸੀਂ ਦਰਖਤ ਵੱਢ ਕੇ ਕਿਹਨੇ ਖਾਣੇ ਆ ਜੀ ਸੰਗਤ ਸਾਹਿਬ ਮੈਂ ਡਿਫਰ ਕਰਦਾ ਥੋੜਾ ਜਿਹਾ ਮੈਂ ਆਪਣਾ ਪੁਆਇੰਟ ਇੱਥੇ ਕਰਦੇ ਹਾਂ ਇੱਕ ਸੈਕਿੰਡ ਜਿਹੜੀ ਨਾ ਇਹ ਜਿਹੜੀਆਂ ਚੀਜ਼ਾਂ ਨੇ ਜੇ ਸਿਰਫ ਟਰੂਡੋ ਨੇ ਪੰਜਾਬੀਆਂ ਨੂੰ ਖੁਸ਼ ਕਰਨ ਲਈ ਗੱਲ ਕਰ ਦਿੱਤੀ ਨਹੀਂ ਪੰਜਾਬੀ ਨੀ ਸਰ ਪੰਜਾਬੀ ਨੀ ਇਹਦੇ ਵਿੱਚ ਪੰਜਾਬੀ ਨੀ ਇਨਕਲੂਡ ਇਹਦੇ ਵਿੱਚ ਮੈਂ ਤੁਹਾਨੂੰ ਉਹੀ ਦੱਸ ਰਿਹਾ ਸੀਗਾ
ਤੁਸੀਂ ਆਂਕੜਾ ਚੁੱਕ ਕੇ ਦੇਖ ਲਓ 2016 ਦੇ ਵਿੱਚ ਤੇ 15 ਦੇ ਵਿੱਚ ਸੀਰੀਆ ਤੋਂ ਘੱਟੋ ਘੱਟ ਨੀ ਤੇ ਇਮੀਗ੍ਰੇਸ਼ਨ 40 to 50 ਹਜ਼ਾਰ ਦੀ ਹੋਈ ਹੈ, 40 to 50 ਹਜ਼ਾਰ ਦੀ ਤੇ ਔਸਤਨ ਹੋ ਰਹੀ ਹੈ ਹਰ ਸਾਲ, ਜ਼ਿਆਦਾ ਜ਼ਿਆਦਾ 70-75 ਹਜ਼ਾਰ ਸੀਰੀਆ ਤੋਂ ਆਇਆ ਬੰਦਾ। ਜਦੋਂ ਕੋਈ ਇਨਸਾਨ ਨਾ ਆਪਾਂ ਮਤਲਬ ਹੁਣ ਹਿੰਦੁਸਤਾਨ ਚੋਂ ਜਾਂ ਪੰਜਾਬ ਚੋਂ ਜਿੰਨੇ ਕੁ ਲੋਕ ਬਾਹਰ ਨੂੰ ਆਉਂਦੇ ਆ, ਉੱਥੇ ਤੁਸੀਂ ਦੇਖੋ ਕਿ ਜੇ ਉਹੋ ਹੀ ਮਾਰਾਮਾਰੀ ਹੋਵੇ ਤੇ ਲੋਕ ਛੱਡ ਆਪਣੇ ਤੇ, ਉੱਥੇ ਹੁਣ ਇਸ ਵੇਲੇ ਉਸ ਤਰ੍ਹਾਂ ਦੀ ਮਾਰਾਮਾਰੀ ਨਹੀਂ, ਪਰ ਲੋਕਾਂ ਨੂੰ ਇਹ ਡਰ ਆ ਵੀ ਇੱਥੇ ਹੋ ਜਾਣੀ ਤਦੇ ਲੋਕ ਛੱਡ ਕੇ ਬਾਹਰ ਨੂੰ ਭੱਜੇ ਤੁਰੇ ਆਉਂਦੇ ਆ। ਔਰ ਜੇ ਸਰ ਐਗਰੀ ਕਰਦਾ ਸਰ ਪੂਰੀ ਤੁਹਾਡੀ ਗੱਲ ਨਾਲ, ਬਟ ਉੱਥੇ ਫਿਰ ਸਿਸਟਮ ਵੀ ਸਰ ਉੱਥੇ ਅਬਿਊਜ਼ ਹੁੰਦਾ ਵੇ ਕਿ ਜਦੋਂ ਨਹੀਂ ਦੇਖੋ ਜਿਹੜੀ ਅਬਿਊਜ਼ ਹੋਣ ਵਾਲੀ ਗੱਲ ਹੈ ਨਾ, ਮੈਂ ਉਹਦੇ ਨਾਲ ਤੁਹਾਡੇ ਨਾਲ ਐਗਰੀ ਕਰੂੰਗਾ, ਜਿੱਥੇ ਅਬਿਊਜ਼ ਹੁੰਦਾ ਉਹ ਅਬਿਊਜ਼ ਨਹੀਂ ਹੋਣਾ ਚਾਹੀਦਾ, ਪਰ ਜਿੱਥੇ ਜੈਨੂਅਨ ਗੱਲ ਹੈ ਨਾ, ਜੇ ਅਗਰ ਲੋਕ ਦੇਖੋ ਦੁਖੀ ਇਹ ਦੇਸ਼ ਵਸਿਆ ਹੀ ਇਮੀਗ੍ਰੈਂਟਾਂ ਨਾਲ, ਕਦੇ ਜਰਮਨੀ ਤੋਂ ਆਏ ਲੋਕ, ਕਦੇ ਪੋਲੈਂਡ ਤੋਂ ਆਏ, ਕਦੇ ਯੂਕਰੇਨ ਤੋਂ ਆਏ ਜਿੱਥੇ ਰਸ਼ੀਆ ਨੇ ਜਾਂ ਉਸ ਵੇਲੇ ਸੋਵੀਅਤ ਯੂਨੀਅਨ ਸੀ ਜਿਨ੍ਹਾਂ ਨੇ ਲੋਕਾਂ ਤੇ ਧੱਕਾ ਕੀਤਾ, ਅਸੀਂ ਨੇ ਜਦੋਂ ਹੁਣ ਆਪ ਆ ਗਏ ਤਾਂ ਅਸੀਂ ਇਹ ਨਾ ਕਹੀਏ ਵੀ ਲਓ ਵੀ ਦੂਸਰਾ ਕੋਈ ਬੰਦਾ। ਨਹੀਂ ਸੰਗਾ ਸਾਹਿਬ ਇੱਕ ਸੈਕਿੰਡ ਮੈਂ ਥੋੜਾ ਜਿਹਾ ਨਾ, ਕਿਉਂਕਿ ਸਾਡੇ ਕੋਲ ਕਾਲਰ ਵੀ ਹੋਰ ਹੈ, ਆਪਾਂ ਇਸ ਚੀਜ਼ ਨੂੰ ਸਮਰਾਈਜ਼ ਕਰ ਦਈਏ ਕਿਉਂਕਿ ਆਪਾਂ ਇਮੀਗ੍ਰੇਸ਼ਨ ਦੀ ਲਾਅ ਦੇ ਬਾਰੇ ਗੱਲ ਕਰਨੀ ਸੀ, ਆਪਾਂ ਸਾਡਾ ਡਿਸਕਸ਼ਨ ਹੈ ਰਾਜਨੀਤਿਕ ਚਲਾ ਜਾਏਗਾ। ਮੈਂ ਸਿਰਫ ਇੱਕ ਗੱਲ ਇੱਕ ਸੰਗਾ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੋ ਵੀ ਕੋਈ ਜਿਸ ਤਰ੍ਹਾਂ ਸੀਰੀਆ ਰੈਫਿਊਜੀ ਦੀ ਪ੍ਰੋਬਲਮ ਤੁਸੀਂ ਕਿਹਾ ਕਿ ਵੀ ਹਾਂ ਉਹਨਾਂ ਨੂੰ ਸਾਨੂੰ ਤਰਸ ਕਰਨਾ ਚਾਹੀਦਾ, ਤੁਸੀਂ ਮੈਨੂੰ ਇਹ ਦੱਸੋ ਕਿ ਤਰਸ ਕਰਨ ਦਾ ਠੇਕਾ ਸਿਰਫ ਕੈਨੇਡਾ ਨੇ ਲਿਆ, ਕਿਆ ਅਮਰੀਕਾ ਨੇ ਠੇਕਾ ਨਹੀਂ ਲਿਆ, ਇੱਕ ਸੈਕਿੰਡ ਮੈਂ ਪੂਰੀ ਗੱਲ ਤੇ ਕਰਨਾ, ਕਿਆ ਡੈਨਮਾਰਕ ਨੇ ਲਿਆ, ਕਿਆ ਇੰਗਲੈਂਡ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ ਨੇ ਲਿਆ ਠੇਕਾ? ਪਹਿਲੀ ਗੱਲ, ਉਹਨਾਂ ਨੇ ਕਿਉਂ ਨੀ ਉਸ ਰੇਸ਼ੋ ਵਿੱਚ ਲਿਆ? ਟਰੂਡੋ ਸਾਹਿਬ ਨੇ ਕਿਉਂ ਕਹਿਤਾ ਜੀ ਆ ਜਾਓ ਸੀਰਜ? ਇਹਨਾਂ ਨੇ ਇਹ ਸਿਰਫ ਇਹ ਨੀ ਕਿਹਾ ਕਿ ਆ ਜਾਓ, ਇਹਨਾਂ ਨੇ ਆਪਣੇ ਬੰਦੇ ਉੱਥੇ ਭੇਜੇ, ਚਾਰਟਰ ਜਹਾਜ਼ ਦੇ ਕੇ ਸੀਰਜ ਦੇ ਰੈਫਿਊਜੀ ਲੈ ਕੇ ਆਇਆ, ਪਹਿਲੀ ਗੱਲ। ਦੂਸਰਾ, ਸਾਡਾ ਜਿਹੜਾ ਕੋਟਾ ਹੈ ਰੈਫਿਊਜੀ ਦਾ ਉਹਨਾਂ ਜ਼ਿਆਦਾ ਨਹੀਂ ਹੈ ਜਿਹੜਾ 2 ਸਾਲ ਪਹਿਲਾਂ ਇਹਨਾਂ ਨੇ ਕੋਟਾ ਪੂਰਾ ਕੀਤਾ ਹੈ। ਤੀਸਰੀ ਗੱਲ, ਜਿੰਨੇ ਵੀ ਮੁਸਲਮਾਨੀ ਦੇਸ਼ ਹੈ, ਸਾਊਦੀ ਅਰੇਬੀਆ, ਕੁਵੈਤ, ਓਮਾਨ, ਬਹਿਰੀਨ ਵਗੈਰਾ, ਇਹਨਾਂ ਕੋਲ ਪੈਸਾ ਨਹੀਂ ਹੈ ਕਿ ਉਹਨਾਂ ਨੂੰ ਰੈਫਿਊਜੀ ਨੇ ਸੈਟਲ, ਉਹਨਾਂ ਨੇ ਇੱਕ ਰੈਫਿਊਜੀ ਨਹੀਂ ਲਿਆ, ਅਸੀਂ ਤੇ ਲੈ ਲਿਆ 80,000 ਰੈਫਿਊਜੀ, ਉਹਨਾਂ ਨੇ ਇੱਕ ਰੈਫਿਊਜੀ ਨਹੀਂ ਲਿਆ। ਤੁਸੀਂ ਮੈਨੂੰ ਦੱਸੋ ਸੰਗਾ ਸਾਹਿਬ, ਮੈਂ ਤੁਹਾਨੂੰ ਪੁੱਛ ਰਿਹਾ ਕਿ ਉਹਨਾਂ ਨੇ ਇੱਕ ਰੈਫਿਊਜੀ ਕਿਉਂ ਨਹੀਂ ਲਿਆ, ਜਦਕਿ ਉਹਨਾਂ ਕੋਲ ਸਮਰਥ ਨਹੀਂ, ਉਹਨਾਂ ਕੋਲ ਪੈਸਾ ਨਹੀਂ, ਉਹਨਾਂ ਕੋਲ ਰਹਿਮ ਨਹੀਂ ਹੈ? ਬਿਲਕੁਲ ਉਹਨਾਂ ਨੇ ਨਹੀਂ ਕੀਤਾ। ਤੁਸੀਂ ਫਿਰ ਜਾ ਕੇ ਸਾਊਦੀ ਅਰੇਬੀਆ ਨੂੰ ਪੁੱਛੋ ਇਸ ਗੱਲ ਦਾ, ਉਹ ਮੈਂ ਅਰੇਬੀਆ ਦਾ ਤੇਲ ਵਰਤਣਾ ਬੰਦ ਕਰੋ। ਸੋ ਮੈਨੀ ਥਿੰਗ ਯੂ ਕੈਨ ਡੂ। ਓਕੇ, ਅੱਛਾ, ਰਹੀ ਗੱਲ ਜਿਹੜੀ ਸਰਕਾਰ ਦੀਆਂ ਜਿਹੜੀਆਂ ਨਾ ਪਾਲਿਸੀ, ਜਿਹੜੀਆਂ ਫਿਸਕਲ ਪਾਲਿਸੀ ਹੈਗੀਆਂ, ਉਹਨਾਂ ਤੇ ਤੁਸੀਂ ਉਹਨਾਂ ਨੂੰ ਕਿੰਤੂ ਪਰੰਤੂ ਕਰ ਸਕਦੇ ਆ, ਉਹਨਾਂ ਨਾਲ ਗੱਲ ਕਰ ਸਕਦੇ ਆ, ਸਵਾਲ ਕਰ ਸਕਦੇ ਆ ਵੀ ਭਾਈ ਆਹ ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਆ, ਉਹ ਤੁਹਾਨੂੰ ਉਸ ਗੱਲ ਦਾ ਜਵਾਬ ਦੇਣਗੇ। ਇੱਥੇ ਆਪਣੇ ਮੰਤਰੀ ਸਾਹਿਬ ਹੈਗੇ ਅਮਰਜੀਤ ਸਿੰਘ ਸੋਹੀ, ਉਹ ਵੀ ਇਸ ਗੱਲ ਦਾ ਜਵਾਬ ਦੇ ਸਕਦੇ, ਚਲੋ ਇਮੀਗ੍ਰੇਸ਼ਨ ਵਾਲੇ ਮੰਤਰੀ ਵੀ ਦੇ ਸਕਦੇ। ਪਰ ਜਿਹੜਾ ਨਾ ਤੁਸੀਂ ਇਹ ਗੱਲ ਕਹਿੰਦੇ ਆ ਵੀ ਲਓ ਜੀ ਮਤਲਬ ਉਹਨਾਂ ਨੂੰ ਇਸ ਬੇਸ ਤੇ ਲਿਆਉਣਾ ਨੀ ਚਾਹੀਦਾ, ਮੈਂ ਉਹ ਗੱਲ ਕਹਿੰਦਾ ਵੀ ਜਦੋਂ ਜੇ ਤੁਸੀਂ ਆਪਣੇ ਪੈਰਾਂ ਚ ਉਹ ਜਿੱਦਾਂ ਕਹਿੰਦੇ ਹੁੰਦੇ ਆਪਣੇ ਪੈਰ ਉਹਨਾਂ ਦੇ ਸ਼ੂਜ਼ ਚ ਪਾ ਕੇ ਦੇਖੋ ਨਾ, ਜਦੋਂ ਸਿਰ ਤੇ ਗੋਲੀਆਂ ਤੇ ਬੰਬ ਵਰਦੇ ਹੋਣ, ਉਹ ਬੜੇ ਵਧੀਆ ਉੱਥੇ ਵੱਸਦੇ ਸੀ। ਅੱਛਾ, ਦੂਸਰੀ ਗੱਲ ਆ, ਇਹ ਜਿਹੜੇ ਦੇਸ਼ ਦੇ ਵਿੱਚ ਉਹ ਲਿਆ ਰਹੇ ਨਾ, ਇਹਨਾਂ ਨੂੰ ਵੀ ਪਤਾ ਹੈ ਇਹਨਾਂ ਦੀ ਪਾਪੂਲੇਸ਼ਨ, ਤੁਹਾਨੂੰ ਉੱਥੋਂ ਲੈ ਕੇ ਇੰਡੀਆ ਤੋਂ ਚਾਹੇ ਉਹ ਪਾਲਿਸੀਜ਼ ਬਣਾ ਰਿਹਾ ਜੀ ਵੀ ਆਹ ਕੰਮ ਕਰੋ ਤੇ ਇਹਦੇ ਲਈ ਆ ਜਾਓ, ਉਹ ਕਾਹਦੇ ਲਈ ਉੱਥੋਂ ਮੰਗ ਰਹੇ ਨੇ? ਤੁਹਾਨੂੰ ਪਤਾ ਕਦੇ ਸਮਾਂ ਸੀ ਇਹ ਚਾਹੁੰਦੇ ਸੀ ਵੀ ਜਿਹੜੇ ਚਿੱਟੇ ਲੋਕ ਆ ਉਹ ਇੱਥੇ ਆਉਣ, ਠੀਕ ਹੈ, ਪਰ ਉਹ ਲੋਡ ਜਿਹੜੀ ਹੈ ਨਾ ਉਹ ਜਿੱਦਾਂ ਕਾਢ ਦੀ ਮਾਂ ਹੁੰਦੀ ਆ, ਹੁਣ ਇਹਨਾਂ ਨੂੰ ਇਹ ਨਵੀਆਂ ਪਾਲਿਸੀ ਇਸੇ ਕਰਕੇ ਬਣਾਉਣੀਆਂ ਪੈ ਰਹੀਆਂ ਵੀ ਸਾਨੂੰ ਲੋਕ ਚਾਹੀਦੇ ਇੱਥੇ, ਬੰਦਿਆਂ ਨੂੰ ਟੈਕਸ ਦੇਣ ਲਈ ਬੰਦੇ ਨਹੀਂ ਹੈ। ਅੱਛਾ, ਇੱਕ ਸੈਕਿੰਡ, ਜਿਹੜੇ ਲੋਕ ਆ ਰਹੇ ਆ, ਇੱਕ ਮਿੰਟ ਮੇਰੀ ਗੱਲ ਸੁਣੋ, ਚਾਹੇ ਉਹ ਹੁਣ ਪਰਿਵਾਰ ਆ, ਉਹਨਾਂ ਵਿੱਚੋਂ ਠੀਕ ਆ ਉਹਨਾਂ ਨੂੰ ਜਿਹੜੀ ਸਰਕਾਰ ਨੇ ਫਾਈਨੈਂਸ਼ੀਅਲ ਅਸਿਸਟੈਂਸ ਦੇ ਰਹੇ ਨੇ, ਜਾਂ ਜਿੱਦਾਂ ਤੁਸੀਂ ਕਿਹਾ ਵੀ ਜਹਾਜ਼ ਆ, ਮੈਨੂੰ ਨਹੀਂ ਪਤਾ ਵੀ ਜਹਾਜ਼ੇ ਲੈ ਕੇ ਆਏ ਨੇ, ਉਹਨਾਂ ਚੀਜ਼ਾਂ ਤੇ ਜ਼ਰੂਰ ਸਰਕਾਰ ਨੂੰ ਗੌਰ ਕਰਨਾ ਚਾਹੀਦਾ। ਪਰ
ਹਿਊਮੈਨੀਟੇਰੀਅਨ ਬੇਸਿਸ ਤੇ ਜਿੱਥੋਂ ਵੀ ਜੀ ਦੁਨੀਆ ਦੇ ਵਿੱਚ ਜੇ ਕਿਤੇ ਵਿਵਸਥਾ ਪਈ ਆ ਜੇ ਕੈਨੇਡਾ ਨੇ ਉੱਥੋਂ ਚਾਰ ਬੰਦੇ ਸੱਦ ਲੈ ਜਿਹੜੇ ਇਹ ਇਮੀਗ੍ਰੇਸ਼ਨ ਦੇ ਤੌਰ ਤੇ ਓਦਾਂ ਵੀ ਹਰ ਸਾਲ ਮੰਗਵਾਉਂਦੇ ਆ ਸਰ ਚਾਰ ਬੰਦੇ ਨਹੀਂ ਹੈ ਇਹ ਆਪਣੇ ਕੋਟਾ ਤੋਂ 10 ਗੁਣਾ ਜ਼ਿਆਦਾ ਨੰਬਰ 1 ਅੱਛਾ ਦੂਸਰਾ ਵਾਈ ਸਟਾਪ ਐ ਸੀਰੀਅਨ ਪੀਪਲ ਵਾਈ ਨਾਟ ਬ੍ਰਿੰਗ ਰੋਹਿੰਗਾ ਮੁਸਲਿਮ ਉੱਥੇ ਤੇ ਮੇਰੇ ਖਿਆਲ 10 ਲੱਖ ਰੋਹਿੰਗਾ ਵਾਲੇ ਬੈਠੇ ਉਹਨਾਂ ਨੂੰ ਵੀ ਲੈ ਕੇ ਆ ਜਾਓ ਫਿਰ ਤੁਹਾਨੂੰ ਤੁਹਾਡਾ ਪੂਰੇ 10 ਸਾਲ ਦਾ ਕੋਟਾ ਇੱਕ ਵਾਰ 'ਚ ਪੂਰਾ ਹੋ ਜਾਏਗਾ ਫਿਰ ਅਗਰ ਜੇ ਅਗਰ ਤੁਸੀਂ ਵਰਕਫੋਰਸ ਦੀ ਫੁਲਫਿਲਮੈਂਟ ਕਰਨੀ ਹੈ ਇਟ ਇਜ਼ ਅਨਫੇਅਰ ਟੂ ਸਕਿਲਡ ਪੀਪਲ ਜਿਨ੍ਹਾਂ ਨੇ ਐਮ ਟੈਕ ਕੰਪਿਊਟਰ ਸਾਇੰਸ ਦੇ ਪੀਐਚਡੀਆਂ ਕੀਤੀਆਂ ਜਿਹੜੇ ਆਪਣੀ ਐਕਸਪ੍ਰੈਸ ਐਂਟਰੀ ਲਾਈਨ ਲਾ ਕੇ ਬੈਠੇ ਹੋਏ ਆ ਉਹਨਾਂ ਦੇ ਅਨਫੇਅਰ ਹੋ ਜਾਏਗਾ ਇੱਕ ਸੈਕਿੰਡ ਜਿਹੜਾ ਕੋਟਾ ਹੈ ਨਾ 3 ਲੱਖ ਦਾ ਕੋਟਾ ਹੈ ਹਰ ਇੱਕ ਸਾਲ ਦਾ ਜਿਹੜੇ ਜਿਹਦੇ ਵਿੱਚ ਸਾਡਾ ਜਿਹੜਾ ਰਿਫਿਊਜੀ ਦਾ ਕੋਟਾ ਹੈ ਵਿਚ ਇਜ਼ ਹਾਰਡਲੀ 35,000 ਪਰ ਈਅਰ ਬਾਕੀ ਫੈਮਿਲੀ ਕਲਾਸ ਹੈ ਐਕਸਪ੍ਰੈਸ ਐਂਟਰੀ ਹੈ ਹਿਊਮੈਨੀਟੇਰੀਅਨ ਵਾਲੇ ਇੱਥੇ ਵੀ ਆਏ ਆ ਜਿਹੜੇ ਇੱਥੇ ਆ ਕੇ ਅਸਾਇਲਮ ਕਰਦੇ ਆ ਜਿਹੜੇ ਹੋਰ ਆਫਕੋਰਸ ਦੇ ਕਮ ਐਂਡ ਜਿਹੜੇ ਪ੍ਰੀ ਰਿਮੂਵਲ ਪ੍ਰੋਟੈਕਸ਼ਨ ਲੈ ਕੇ ਕਰਦੇ ਆ ਪਰ ਇਕੱਠੇ ਹੀ ਤੁਸੀਂ ਫੋਰ ਪੋਲੀਟੀਕਲ ਰੀਜ਼ਨ ਤੁਸੀਂ ਯੂਨਾਈਟਿਡ ਨੇਸ਼ਨ ਨੇ ਕਿਹਾ ਜੀ ਸੀਰੀਆ ਚ ਪ੍ਰੋਬਲਮ ਹੋ ਗਈ ਟਰੂਡੋ ਸਾਹਿਬ ਨੇ ਕਿਹਾ ਜੀ ਵੋਟ ਬਣਾਓ ਜੀ ਲਿਆਓ ਜੀ ਵੀ ਵਿਲ ਵੈਲਕਮ ਐਵਰੀਬਡੀ ਅੱਛਾ ਹੂ ਇਜ਼ ਗੋਇੰ ਟੂ ਪੇ ਫੋਰ ਦਿਸ ਯੋਰ ਟੈਕਸ ਪੇਅਰਸ ਮਨੀ ਤੁਸੀਂ ਉਹਨਾਂ ਦਾ ਦੇਖੋ ਇਸ ਵਕਤ ਮੇਰੇ ਖਿਆਲ ਹੈ ਕਿ $200-250 million ਖਰਚ ਹੋ ਚੁੱਕਿਆ ਇਹਨਾਂ ਦੇ ਰਿਫਿਊਜੀ ਸੈਟਲਮੈਂਟ ਵਿੱਚ ਤੁਸੀਂ ਦੇਖ ਲਓ ਆਂਕੜੇ ਪਤਾ ਮਾ ਕੇ ਦੇਖ ਲਓ ਉਹਨਾਂ ਦੇ ਏਟੇ ਭਰ ਕੇ ਦੇਖ ਲਓ ਹੂ ਇਜ਼ ਗੋਇੰ ਟੂ ਪੇ ਆਲ ਫੋਰ ਦਿਸ ਮੈਂ ਜਿਹੜੀ ਤੁਹਾਨੂੰ ਅੱਗੇ ਵੀ ਗੱਲ ਕਹਿੰਦੇ ਹਾਂ ਕਈ ਵਾਰੀ ਆਪਾਂ ਸਰਕਾਰ ਦੇ ਜਦੋਂ ਉਹ ਅੰਕੜੇ ਆਉਂਦੇ ਨੇ ਵੀ ਇੰਨੇ ਪੈਸੇ ਲੱਗ ਗਏ ਉਹ ਬਹੁਤ ਸਾਰੇ ਅੰਕੜੇ ਅੱਜ ਹੀ ਸੀਗੇ ਕਿ ਬਹੁਤ ਸਾਰੀਆਂ ਵੱਡੀਆਂ ਕਾਰਪੋਰੇਸ਼ਨਾਂ ਜਿਹੜੀਆਂ ਉਹ $11 billion ਟੈਕਸ ਹੀ ਨਹੀਂ ਦਿੱਤਾ ਨਹੀਂ ਉਹਦੇ ਚ ਕੋਈ ਸੈਪਰੇਟ ਹਾਂਜੀ ਹਾਂਜੀ ਉਹਨਾਂ ਜੋ ਤੁਹਾਡੇ ਉਹੋ ਹੀ ਹੈਗੇ ਆ ਕਈ ਹੋ ਸਕਦੇ ਕੋਈ ITI ਵਾਲੇ ਹੋਣ ਜਾਂ ਦੂਸਰੇ ਹੋਣ ਉਹਦੇ ਚ ਹੀ ਆ ਉਹ ਔਰ ਉਹੀ ਢੰਗ ਤਰੀਕੇ ਦੱਸਦੇ ਪਏ ਤਾਂ ਪੈਸੇ ਨਾ ਦਿਓ ਸਰਕਾਰ ਨੂੰ ਉਹ $11 billion ਆ ਮਤਲਬ ਜਿਹੜਾ ਤੁਸੀਂ $200-250 million ਦੀ ਗੱਲ ਕਰਦੇ ਆ ਉਹ ਜਦੋਂ ਨਾ ਇਨ ਬਿਗਰ ਪਿਕਚਰ ਇਟਸ ਨਾਟ ਦੈਟ ਬਿਗ ਅਮਾਉਂਟ ਉਹ ਜਿਹੜਾ ਇੱਕ ਸਾਡੇ ਵਰਗਾ ਹੁਣ ਸਧਾਰਨ ਬੰਦਾ ਉਹਨੂੰ ਏਦਾਂ ਲੱਗਦਾ ਵੀ ਬਹੁਤ ਵੱਡਾ ਅਮਾਉਂਟ ਆ ਮੈਂ ਪਹਿਲਾਂ ਵੀ ਉਹ ਗੱਲ ਕਹੀ ਆ ਕਿ ਯੈਸ ਤੁਸੀਂ ਉਹਨਾਂ ਦੇ ਉਹ ਜਿਹੜੇ ਹੈ ਨੇ ਉਹ ਤੇ ਕੁਐਸਚਨ ਕਰ ਸਕਦੇ ਆ ਵੀ ਭਾਈ ਜਿਹੜੀ ਫਾਈਨੈਂਸ਼ੀਅਲ ਅਸਿਸਟੈਂਸ ਆ ਉਹ ਜਿਹੜਾ ਸੋਚ ਸਮਝ ਕੇ ਦਿਓ ਜ਼ਰੂਰੀ ਨਹੀਂ ਵੀ ਤੁਸੀਂ ਉਹ ਸਾਰਿਆਂ ਨੂੰ ਆਉਂਦਿਆਂ ਨੂੰ ਕਹੋ ਵੀ ਚੰਗਾ ਵੀ ਤੁਸੀਂ ਆ ਕੇ ਹੋਟਲ 'ਚ ਠਹਿਰੋ ਜਾਂ ਫਲਾਣੇ ਥਾਂ ਪਰ ਜਿਹੜਾ ਅਸੀਂ ਕਹੀਏ ਵੀ ਉਹਨਾਂ ਲੋਕਾਂ ਨੂੰ ਇੱਥੋਂ ਆਉਣੋਂ ਬੰਦ ਕਰ ਦਈਏ ਆਈ ਡੋਂਟ ਐਗਰੀ ਵਿਦ ਦੈਟ ਥਿੰਗ ਕਿਉਂਕਿ ਸਾਰੇ ਲੋਕ ਜਦੋਂ ਮੁਸ਼ਕਲਾਂ 'ਚ ਫਸੇ ਹੁੰਦੇ ਨਾ ਹਰੇਕ ਹੀ ਭਾਲਦਾ ਹਜੇ ਆਪਣੇ ਅੱਜ ਆਪਣੇ ਸਾਹਮਣੇ ਲੋਕ ਕਹਿ ਰਹੇ ਆ ਵੀ ਜੀ ਅਸੀਂ ਦੱਸੋ ਕਿੰਨੇ ਬੈਂਡ ਕਰੀਏ ਤੇ ਇੱਥੇ ਆ ਕੇ ਨਹੀਂ ਦੇਖੋ ਗੱਲ ਇਹ ਹੈ ਕਿ ਇਹ ਤੇ ਆਪਣੇ ਜਿਹੜੇ ਸਰਕਾਰ 'ਚ ਜਿਹੜੇ ਨਿਰਧਾਰਿਤ ਪਾਲਿਸੀ ਹੈ ਨਾ ਪੁਆਇੰਟ ਬੇਸ ਤੇ ਆ ਰਹੇ ਹੈ ਰਿਫਿਊਜੀਆਂ ਦੀ ਤੇ ਕੋਈ ਪਾਲਿਸੀ ਨਹੀਂ ਹੈ ਕੋਈ ਕੁਛ ਨਹੀਂ ਹੈ ਤੁਸੀਂ ਡਿਸਾਈਡ ਕਰ ਲਿਆ ਕਿ ਬਈ ਇਸ ਕੌਮ ਦੇ ਲੋਕਾਂ ਨੂੰ ਇਸ ਮੁਲਕ ਦੇ ਇਸ ਖਿੱਤੇ ਦੇ ਲੋਕਾਂ ਨੂੰ ਅਸੀਂ ਰਿਫਿਊਜੀ ਦਿਆਂਗੇ ਤੇ ਕਰੋ ਚਲੋ ਬਈ ਇੱਕ ਕਲਮ ਚਲਾ ਦੀ ਆ ਜਾਓ ਜੀ ਆ ਜਾਓ ਦੈਟਸ ਇਟ ਉਹਨਾਂ ਦਾ ਕੋਈ ਕ੍ਰਾਈਟੇਰੀਆ ਨਹੀਂ ਕੁਛ ਹੋਰ ਨਹੀਂ ਹੈ ਵਟ ਆਮ ਸੇਇੰਗ ਇਜ਼ ਵਾਈ ਸਟਾਪ ਇਟ ਸੀਰੀਆ ਇਸ ਵਕਤ ਤੇ ਹੋਰ ਵੀ ਉਧਰ ਇਰਾਕ ਵਾਲੇ ਜਿਹੜੇ ਯਾਜ਼ਦੀ ਹੈ ਰਿਫਿਊਜੀ ਉਹਨਾਂ ਦਾ ਕੁਛ ਹੋਰ ਨਾਮ ਇਸ ਤਰ੍ਹਾਂ ਦੇ ਹੈ ਕਾਫੀ ਕਾਫੀ ਇਸ ਤਰ੍ਹਾਂ ਦੇ ਲੋਕ ਹੈ ਜਿੱਦਣ ਇੱਥੇ ਮਿਨਿਸਟਰ ਹੋਣੀ ਆਉਣਗੇ ਮੈਂ ਤੁਹਾਨੂੰ ਸੱਦ ਲਵਾਂਗਾ ਤੁਸੀਂ ਵੀ ਆ ਕੇ ਉਹਨਾਂ ਨੂੰ ਸਵਾਲ ਕਰ ਲਿਓ ਹਾਂਜੀ ਕਿਉਂਕਿ ਉਦੋਂ ਤੇ ਤੁਸੀਂ ਗੱਲ ਨਹੀਂ ਕਰਦੇ ਨਹੀਂ ਮੈਂ ਕਿਉਂ ਨਹੀਂ ਗੱਲ ਕਰਦਾ ਕਮਾਂ ਨਹੀਂ ਮੈਂ ਆਈ ਐਮ ਨਾਟ ਅ ਜਰਨਲਿਸਟ ਮੈਂ ਤੇ ਕਿਉਂਕਿ ਉਹਨਾਂ ਨੇ ਸਵਾਲ ਪੁੱਛੇ ਬਹੁਤ ਸਾਰੇ ਲੋਕਾਂ ਦਾ ਇਦਾਂ ਹੁੰਦਾ ਜੀ ਵੀ ਜਦੋਂ ਆਪਣਾ ਕੰਮ ਬਣ ਗਿਆ ਫੇਰ ਉਹਨਾਂ ਨੂੰ ਐ ਹੁੰਦਾ ਯਾਰ ਅਸੀਂ ਟੈਕਸ ਦਿੰਦੇ ਆ ਹਾਂ ਉਹ ਬਈ ਟੈਕਸ ਸਾਰੇ ਲੋਕ ਹੀ ਦਿੰਦੇ ਆ ਕਿਉਂ ਨਹੀਂ ਦਿੰਦੇ ਸਾਰੇ ਲੋਕ ਦਿੰਦੇ ਆ ਟੈਕਸ ਔਰ ਉਹ ਟੈਕਸ ਦੇ ਨਾਲ ਹੀ ਸਹੂਲਤਾਂ ਹੁੰਦੀਆਂ ਜਿੱਦਣ ਅਸੀਂ ਵੀ ਆਏ ਸਾਡੇ ਤੋਂ ਪਹਿਲਾਂ ਵੀ ਲੋਕ ਟੈਕਸ ਦਿੰਦੇ ਸੀਗੇ ਸੋ ਇਹ ਗੱਲ ਜਿਹੜਾ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਇੱਕਦਮ ਤੁਸੀਂ ਇਹ ਨਹੀਂ ਹੁੰਦਾ ਵੀ ਰਾਤੋਂ ਰਾਤ ਟਰੰਪ ਬਣ ਜਾਓ ਜੀ ਹੁਣ ਅਸੀਂ ਉੱਥੋਂ ਆਉਣ ਨਹੀਂ ਦੇਣਾ ਬੰਦਿਆਂ ਨੂੰ ਜਿਹੜੇ ਮੈਕਸੀਕਨ ਲੋਕਾਂ ਨੂੰ ਵੀ ਆਉਣਾ ਉਧਰੋਂ ਉਹ ਬੰਦ ਕਰ ਰਿਹਾ ਉਹ ਜਿਹੜੀ ਉੱਥੋਂ ਦੀ ਇਕਨੋਮੀ ਹੈ ਨਾ ਜਾ ਕੇ ਉਹ ਜਿਹੜੇ ਕੈਲੀਫੋਰਨੀਆ ਦੇ ਫਾਰਮਰ ਦੇ ਉਹਨਾਂ ਨੂੰ ਪੁੱਛ ਕੇ ਦੇਖੋ ਹਾਲਤ ਕੀ ਹੈ ਖੈਰ ਐਨੀਵੇ ਆਪਣੇ ਪਾਸ ਕਾਲਰ ਨੇ ਸੁਣਦੇ ਉਹਨਾਂ ਦੀ ਗੱਲ ਕੀਤੀ ਆ ਤੁਹਾਨੂੰ ਲੱਗਦਾ ਵੀ ਅਸੀਂ ਐਜ਼ ਏ ਬਲੌਕ ਦੇ ਤੌਰ ਤੇ ਵੋਟਾਂ ਪਾਉਣੇ ਆ ਇੱਕੋ ਹੀ ਪਾਸੇ ਨੂੰ ਤੁਹਾਨੂੰ ਲੱਗਦਾ ਸਰ ਇਹਨਾਂ ਦੀ ਦੇਖੋ ਮੈਂ ਸਰ ਇੱਕੋ ਗੱਲ ਵੀ ਕਰ ਲਗਾਵਾਂ ਕਿਉਂਕਿ ਜਦੋਂ ਤੁਸੀਂ ਇਹਨਾਂ ਨੂੰ ਤੁਸੀਂ ਲਿਆਏ ਨਾ ਇਹਨਾਂ ਦੇ ਦਿਮਾਗ 'ਚ ਇੱਕੋ ਗੱਲ ਹੈਗੀ ਆ ਕਿ ਸਾਨੂੰ ਲਿਆਉਣ ਵਾਲਾ ਬੰਦਾ ਤੇ ਕੌਣ ਹੈ ਸਾਈਕੋਲੋਜੀਕਲੀ ਲੈਵਲ ਤੁਸੀਂ ਮੈਨੂੰ ਇੱਕ ਗੱਲ ਦੱਸੋ ਜਿਹੜੀਆਂ ਤੁਹਾਡਾ NDP ਪਾਰਟੀ ਦਾ ਤੁਹਾਡਾ ਲੀਡਰ ਕੈਨੇਡਾ ਦਾ ਰਾਈਟ ਜੀ ਜੀ ਕੰਜ਼ਰਵੇਟਿਵ ਪਾਰਟੀ ਤੁਹਾਡੇ ਬੰਦੇ ਭੱਜੇ ਫਿਰਦੇ ਆ ਅੱਗੇ ਪਹਿਲਾਂ ਉਹਦੇ ਚ MP ਰਹੇ ਆ ਨਹੀਂ ਨਹੀਂ ਸਰ ਮੈਂ ਤੁਹਾਡੇ ਅੰਟੇਰੀਓ ਦੇ ਵਿੱਚ ਤੁਹਾਡੇ ਕਿੰਨੇ ਕੰਜ਼ਰਵੇਟਿਵ ਨੇ ਉੱਥੇ ਪੰਜਾਬੀ
ਸਰ ਮੇਰਾ ਤੇ ਸਰ ਮੈਂ ਤੇ ਦੱਸ ਰਿਹਾ ਮੇਰਾ ਤੇ ਪੋਲਿਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਤੇ ਜਸਟ ਇੱਕ ਤੁਹਾਨੂੰ ਪਾਲਿਸੀ ਉੱਤੇ ਗੱਲ ਕਰ ਰਿਹਾ ਕਿ ਇੰਗਲੈਂਡ ਨੇ ਵੀ 2015 ਚ ਇੱਕੋ ਗੱਲ ਕੀਤੀ ਸੀਗੀ ਕਿ ਸਾਡੇ ਕੋਲੋਂ ਐਡਾ ਸਿਸਟਮ ਨਹੀਂ ਹੈਗਾ ਸੰਭਾਲਣ ਲਈ ਤੇ ਆਪਾਂ 5000 ਰਿਫਿਊਜੀ ਲੈ ਸਕਦੇ ਹਾਂ ਬਾਏ 2020 ਤੱਕ ਇੰਗਲੈਂਡ ਦਾ ਤੇ ਕੈਨੇਡਾ ਦਾ ਫਰਕ ਬਹੁਤ ਆ ਉਹਨਾਂ ਦਾ ਤੁਸੀਂ ਦੇਖੋ ਖੇਤਰਫਲ ਕਿੰਨਾ ਹੈ ਤੇ ਕੈਨੇਡਾ ਅੱਛਾ ਅੱਛਾ ਆਸਟ੍ਰੇਲੀਆ ਵਾਲੇ ਨਹੀਂ ਰਹਿੰਦੇ ਨੇ ਰਿਫਿਊਜੀ ਆਸਟ੍ਰੇਲੀਆ ਨੇ ਕਦੋਂ ਨਹੀਂ ਲੈ ਰਿਫਿਊਜੀ ਨੇ ਸਾਰੇ ਆਸਟ੍ਰੇਲੀਆ ਵਾਲਿਆਂ ਨੂੰ ਤੁਸੀਂ ਦੇਖੋ ਹੁਣ ਗੱਲ ਨੂੰ ਨਾ ਗਾਹ ਵਧਾਉਂਦੇ ਆ ਆਸਟ੍ਰੇਲੀਆ ਜਿਸ ਤਰ੍ਹਾਂ ਨਾਲ ਜਾਣਿਆ ਜਾਂਦਾ ਸੀ ਨਾ ਤੇ ਕੈਨੇਡਾ ਨੂੰ ਜਿਸ ਤਰ੍ਹਾਂ ਜਾਣਿਆ ਜਾਂਦਾ ਬਹੁਤ ਫਰਕ ਹੈ ਉਸ ਗੱਲ ਦਾ ਜਾਣਿਆ ਇਸੇ ਬਿਆਨਾਂ ਨਾਲ ਤੇ ਜਾਣਾ ਜਾ ਰਿਹਾ ਉੱਥੇ ਅੱਗੇ ਤੁਹਾਨੂੰ ਪਤਾ ਆਸਟ੍ਰੇਲੀਆ ਉੱਥੇ ਕਿਸੇ ਨੂੰ ਵੀ ਨਹੀਂ ਜਾਣਦੇ ਤੇ ਤੁਹਾਡੇ ਸਟੂਡੈਂਟ ਜਾਂਦੇ ਸੀ ਕਿੰਨੇ ਸ਼ੁਰੂ ਹੋਏ ਆ ਕਦੇ ਪਹਿਲਾਂ ਮੈਨੂੰ ਦੱਸਿਓ ਤਾਂ ਆਸਟ੍ਰੇਲੀਆ ਨੇ ਕਿੰਨੇ ਕੁ ਲੋਕ ਜਾਂਦੇ ਸੀ ਤੁਹਾਡੇ ਉੱਥੇ ਰਾਜਨੀਤਿਕ ਚੱਲੇਗਾ ਅਸੀਂ ਇੱਥੇ ਅਸੀਂ ਨਾ ਸਾਡਾ ਫੋਕਸ ਹੁੰਦਾ ਕਿ ਅਸੀਂ ਇਮੀਗ੍ਰੇਸ਼ਨ ਕਾਨੂੰਨ ਨੂੰ ਕਰੀਏ ਡਿਸਕਸ ਕਿਉਂਕਿ ਪੋਲਿਟਿਕਸ ਵਿੱਚ ਹਮੇਸ਼ਾ ਡਿਸਐਗਰੀਮੈਂਟ ਹੋ ਜਾਂਦਾ ਫਾਦਰ ਆਪਾਂ ਇਸ ਚੀਜ਼ ਨੂੰ ਇੱਥੇ ਕੰਕਲੂਡ ਕਰੀਏ ਫਿਰ ਬਿਲਕੁਲ ਧੰਨਵਾਦ ਥੈਂਕ ਯੂ ਥੈਂਕ ਯੂ ਨਹੀਂ ਦੇਖੋ ਇਹ ਗੱਲਾਂ ਜਿਹੜੀਆਂ ਨਾ ਪਾਲਿਸੀਜ਼ ਦੀ ਜਿਹੜੀ ਗੱਲ ਹੈਗੀ ਆ ਉਹਦੇ ਫਿਸਕਲ ਪਾਲਿਸੀ ਜਿਹਦੇ ਤੇ ਲੋਕਾਂ ਨੂੰ ਹੁੰਦਾ ਵੀ ਹਾਂ ਵੀ ਸਾਨੂੰ ਨਹੀਂ ਆਹ ਚੀਜ਼ਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਦੂਸਰਿਆਂ ਨੂੰ ਦਿੱਤੀਆਂ ਜਾ ਰਹੀਆਂ ਗੌਰਮੈਂਟ ਨੂੰ ਪੁੱਛਣ ਵਾਲੀ ਗੱਲ ਆ ਜੇ ਗੌਰਮੈਂਟ ਉਹਦਾ ਜਵਾਬ ਦੇ ਸਕਦੀ ਆ ਫਾਈਨ ਨਹੀਂ ਦੇ ਸਕਦੀ ਤੇ ਬੰਦਾ ਕਹਿੰਦਾ ਵੀ ਅਗਲੀ ਵਾਰੀ ਸਰਕਾਰ ਬਦਲ ਦਿਓ ਗੱਲ ਕਿਹੜੀ ਆ ਲਓ ਆਪਣੇ ਪਾਸ ਕਾਲ ਲੈਣੇ ਹੈਲੋ ਦੇਸ਼ ਪੰਜਾਬ ਹੈਲੋ ਸਤਿ ਸ੍ਰੀ ਅਕਾਲ ਹੈਲੋ ਸਤਿ ਸ੍ਰੀ ਅਕਾਲ ਕਰੋ ਗੱਲ ਹਾਂਜੀ ਬੋਲੋ ਮੈਂ ਸੁਣ ਰਿਹਾ ਤੁਹਾਡੀ ਆਵਾਜ਼ ਸੁਣ ਰਿਹਾ ਬੋਲੋ ਸਵਾਲ ਬੋਲੋ ਆਪਣਾ ਹਾਂਜੀ ਸਰ ਮੈਂ ਨਾ ਐਕਸਪ੍ਰੈਸ ਐਂਟਰੀ ਵਿੱਚ ਅਪਲਾਈ ਕਰਨਾ ਹੈ ਮੇਰੇ ਹਸਬੰਡ ਦੇ ਨਾਲ ਓਕੇ ਤੇ ਮੈਂ ਇੱਥੇ ਯੂਐਸਏ ਦੇ ਵਿੱਚ H1B ਵੀਜ਼ਾ ਤੇ ਆ ਓਕੇ ਸੌਫਟਵੇਅਰ ਇੰਜੀਨੀਅਰ ਔਰ 3 ਇਅਰ ਐਕਸਪੀਰੀਅੰਸ ਹੈ ਮੇਰੇ ਕੋਲ ਓਕੇ ਗੁੱਡ ਔਰ ਮਾਸਟਰ ਮਤਲਬ ਸਾਰਾ ਕੁਝ ਕ੍ਰਾਈਟੇਰੀਆ ਫੁਲਫਿਲ ਹੋ ਰਿਹਾ ਹੈ ਬਟ ਮੇਰੇ ਹਸਬੰਡ ਜਿਹੜੇ ਨੇ ਉਹ ਇੱਥੇ ਅਸਾਈਲਮ ਤੇ ਨੇ ਮੇਰੇ ਖਿਆਲ ਤੁਸੀਂ ਸ਼ਾਇਦ ਪਹਿਲਾਂ ਵੀ ਇੱਕ ਵਾਰ ਸਵਾਲ ਕਰ ਚੁੱਕੇ ਹੋ ਜਾਂ ਤੁਹਾਡੇ ਵਰਗਾ ਇਸ ਤਰ੍ਹਾਂ ਦਾ ਕੋਈ ਸਵਾਲ ਆਇਆ ਸੀ ਕਿ ਵੀ ਮੇਰੇ ਹਸਬੈਂਡ ਅਸਾਈਲਮ ਤੇ ਹੈ ਮੈਂ ਇਹਦਾ ਜਵਾਬ ਪਹਿਲਾਂ ਵੀ ਦੇ ਚੁੱਕਿਆ ਕਿ ਅਸਾਈਲਮ ਅਗਰ ਹੈ ਉਹਦੇ ਨਾਲ ਕੋਈ ਫਰਕ ਨਹੀਂ ਹੁੰਦਾ ਕੈਨੇਡਾ ਨੂੰ ਤੁਸੀਂ ਅਪਲਾਈ ਕਰੋ ਐਸ ਲੌਂਗ ਐਸ ਕੋਈ ਕ੍ਰਾਈਮ ਨਹੀਂ ਹੈ ਤੁਹਾਡੀ ਐਪਲੀਕੇਸ਼ਨ ਨਾਰਮਲੀ ਪ੍ਰੋਸੈਸ ਹੋਏਗੀ ਹਾਂਜੀ ਪਰ ਸਰ ਲਾਈਕ ਉਹਨਾਂ ਕੋ ਪਾਸਪੋਰਟ ਅਸੀਂ ਬਣਵਾ ਲਿਆ ਸੀਗਾ ਦੁਬਾਰਾ ਤੋਂ ਲਾਈਕ ਜੈਨੂਇਨ ਪਾਸਪੋਰਟ ਹੈਗਾ ਬਟ ਹਾਊ ਅਬਾਊਟ ਲਾਈਕ ਅਦਰ ਥਿੰਗਸ ਕਿ ਉਹਨਾਂ ਦਾ ਜਿੱਦਾਂ ਐਂਟਰੀ ਇੱਥੇ ਲੀਗਲ ਨਹੀਂ ਹੈਗੀ ਅਮਰੀਕਾ ਦੇ ਵਿੱਚ ਆਲ ਦੈਟ ਥਿੰਗ ਮੈਟਰ ਕਰਦੀਆਂ ਨੇ ਯਾ ਦੇਖੋ ਮੈਟਰ ਇਸ ਤਰ੍ਹਾਂ ਹੋਏਗਾ ਕਿ ਅਗਰ ਅਗਰ ਉਹ ਪ੍ਰਿੰਸੀਪਲ ਐਪਲੀਕੈਂਟ ਨਹੀਂ ਹੈ ਫਿਰ ਕੋਈ ਮੈਟਰ ਨਹੀਂ ਕਰਦਾ ਅੱਛਾ ਜੀ ਤੁਸੀਂ ਤੁਸੀਂ ਅਗਰ ਵਾਈਫ ਅਗਰ ਯੂ ਆਰ ਦਾ ਪ੍ਰਿੰਸੀਪਲ ਐਪਲੀਕੈਂਟ ਫਿਰ ਉਹਨਾਂ ਤੇ ਕੋਈ ਫੋਕਸ ਨਹੀਂ ਹੈ ਜੋ ਜੋ ਉਹਨਾਂ ਦਾ ਜਿਸ ਤਰ੍ਹਾਂ ਅਸਾਈਲਮ ਕੀਤਾ ਉਹਨਾਂ ਨੇ ਜਦ ਆਏ ਸੀ 6 ਮਹੀਨੇ ਵੈਲਿਡ ਰਹੇ ਜਾਂ 1 ਸਾਲ ਵੈਲਿਡ ਰਹੇ ਕਿ ਉਹਦੇ ਬਾਅਦ ਐਕਸਪਾਇਰ ਕਰ ਗਏ ਆਏ ਕਿਸ ਤਰ੍ਹਾਂ ਐਂਟਰੀ ਵਿਦਆਊਟ ਇਨਸਪੈਕਸ਼ਨ ਹੋਈ ਹੈ ਅੱਛਾ ਅੱਛਾ ਹੋਏਗਾ ਹੋਏਗਾ ਇਸ ਤਰ੍ਹਾਂ ਹੋਏਗਾ ਇਸ ਤਰ੍ਹਾਂ ਕਿ ਉਹਨਾਂ ਤੋਂ ਪੀਸੀਸੀ ਚਾਹੀਦਾ ਉਹਨਾਂ ਨੂੰ ਇੰਡੀਅਨ ਗਵਰਨਮੈਂਟ ਤੋਂ ਪੀਸੀਸੀ ਦੀ ਲੋੜ ਹੈ ਤੇ ਐਫਬੀਆਈ ਦੀ ਲੋੜ ਹੈ ਉਹ ਤੇ ਮੈਂਡੇਟੋਰੀ ਡਾਕੂਮੈਂਟ ਹੈ ਬਾਕੀ ਅਗਰ ਉਹਨਾਂ ਦੇ ਅਗਰ ਪੁਆਇੰਟਸ ਨਹੀਂ ਜੁੜ ਰਹੇ ਆ ਕਿਸੇ ਆਈਲੈਟਸ ਦੇ ਜਾਂ ਕੋਈ ਐਕਸਪੀਰੀਅੰਸ ਦੇ ਜਾਂ ਕੋਈ ਐਜੂਕੇਸ਼ਨ ਦੇ ਫਿਰ ਤੇ ਕੋਈ ਚੱਕਰ ਹੀ ਨਹੀਂ ਫਿਰ ਤੇ ਕੋਈ ਚੱਕਰ ਹੋ ਸਕਦਾ ਹੈ ਕਿ ਉਹਨਾਂ ਦਾ ਵੀਜ਼ਾ ਇੱਥੇ ਜਿਹੜਾ ਕੈਨੇਡੀਅਨ ਐਮਬੈਸੀ ਇਨ ਯੂਐਸ ਇੱਥੇ ਨਾ ਲੱਗੇ ਉਹਨਾਂ ਦਾ ਵੀਜ਼ਾ ਨਿਊ ਦਿੱਲੀ ਹਾਈ ਕਮਿਸ਼ਨ ਇੱਕ ਵਾਰ ਉਹਨਾਂ ਨੂੰ ਜਾਣਾ ਹੀ ਪਏਗਾ ਓਕੇ ਹਾਂਜੀ
ਠੀਕ ਹੈ ਜੀ ਓਕੇ ਤੇ ਸਰ ਮੇਰਾ ਬੇਬੀ ਹੈ ਉਹ ਅਮਰੀਕਨ ਸਿਟੀਜ਼ਨ ਹੈ ਉਹਦਾ ਤੇ ਕੀ ਕੋਈ ਹੋਈ ਨਹੀਂ ਨਹੀਂ ਉਹਦਾ ਕੋਈ ਇਸ਼ੂ ਨਹੀਂ ਉਹਦਾ ਕੋਈ ਇਸ਼ੂ ਨਹੀਂ ਓਕੇ ਹਾਂ ਮਿਹਰਬਾਨੀ ਜੀ ਹੋਰ ਕੋਈ ਸਵਾਲ ਇਹਦੇ ਬਾਰੇ ਹਾਂ ਜੀ ਨਹੀਂ ਬਸ ਥੈਂਕ ਯੂ ਸਰ ਥੈਂਕ ਯੂ ਬਾਏ ਬਾਏ ਅਨਡਾਕੂਮੈਂਟਡ ਹੋ ਗਏ ਮਤਲਬ ਕੋਈ ਸਟੂਡੈਂਟ ਵੀਜ਼ਾ ਜਾਂ ਟੂਰਿਸਟ ਵੀਜ਼ਾ ਤੇ ਆ ਕੇ ਓਵਰਸਟੇ ਕਰ ਗਿਆ ਉਹਦੇ ਬਾਅਦ ਫਿਰ ਕਈ ਲੋਕ ਮੈਨੂੰ ਇਸ ਤਰ੍ਹਾਂ ਮਿਲੇ ਜਿਹੜੇ 5 ਸਾਲ 10 ਸਾਲ 15 ਸਾਲ ਜਿਹੜੇ ਉੱਥੇ ਰਹਿ ਕੇ ਫਿਰ ਸੋਚ ਰਿਹਾ ਕਿ ਹੁਣ ਕੀ ਕਰੀਏ ਜੀ ਇੱਥੇ ਪਾਲਿਸੀ ਟਰੰਪ ਵਾਲਾ ਜੋ ਵੀ ਪਾਲਿਸੀ ਗ੍ਰੀਨ ਕਾਰਡ ਦਾ ਕੋਈ ਗੁੰਜਾਇਸ਼ ਨਹੀਂ ਤੇ ਹੁਣ ਕੈਨੇਡਾ ਨੂੰ ਤੁਰੀਏ ਕਿਉਂਕਿ ਤੁਸੀਂ ਓਵਰ ਸਟੇ ਕਰ ਗਏ ਹੋ ਇਸ ਕਰਕੇ ਮਿਨੀਮਮ ਅਗਰ ਤੁਹਾਡੇ ਕੋਲ ਅਗਰ 1 ਸਾਲ ਦਾ ਲੀਗਲ ਸਟੇ ਅਮਰੀਕਾ ਨਹੀਂ ਹੈ ਕੈਨੇਡੀਅਨ ਐਮਬੈਸੀ ਤੁਹਾਡੀ ਐਪਲੀਕੇਸ਼ਨ ਵੀਜ਼ਾ ਜਿਹੜਾ ਪ੍ਰੋਸੈਸਿੰਗ ਹੈ ਤੁਹਾਡਾ ਜਿਹੜਾ ਜੋ ਕੁਛ ਉਹਨਾਂ ਦੇ ਡਾਕੂਮੈਂਟੇਸ਼ਨ ਤੁਹਾਡੇ ਲਈ ਕਰਨਾ ਹੈ ਉਹ ਫਿਰ ਉਹ ਅਮਰੀਕਾ ਨਹੀਂ ਕਰ ਸਕਦੇ ਜਿਸ ਕੰਟਰੀ ਤੋਂ ਤੁਸੀਂ ਆਏ ਹੋ ਉੱਥੇ ਹੀ ਫਾਈਲ ਤੁਹਾਡੀ ਟ੍ਰਾਂਸਫਰ ਹੋਏਗੀ ਲੇਕਿਨ ਅਗਰ ਤੁਸੀਂ ਮਿਨੀਮਮ 1 ਸਾਲ ਲੀਗਲ ਸਟੇ ਹੈ ਫੋਰ ਐਗਜ਼ਾਮਪਲ ਅਗਰ 1 ਸਾਲ ਤੁਸੀਂ ਸਟੂਡੈਂਟ ਵੀਜ਼ਾ ਸੀਗੇ ਜਾਂ 1 ਸਾਲ ਤੁਸੀਂ ਟੂਰਿਸਟ ਵੀਜ਼ਾ ਤੇ ਅਮਰੀਕਾ ਰਹਿ ਚੁੱਕੇ ਹੋ ਉਹਦੇ ਬਾਅਦ ਓਵਰ ਸਟੇ ਹੋਏ ਦੈਨ ਇਟ ਇਜ਼ ਓਕੇ ਫਿਰ ਤੁਹਾਡੀ ਪ੍ਰੋਸੈਸਿੰਗ ਅਮਰੀਕਾ ਹੀ ਜਿਹੜੀ ਕੈਨੇਡੀਅਨ ਐਮਬੈਸੀ ਹੈ ਉੱਥੇ ਹੋ ਸਕਦੀ ਹੈ ਕੋਈ ਡਰਨ ਦੀ ਗੱਲ ਨਹੀਂ ਹਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਤੁਹਾਨੂੰ ਇੰਡੀਅਨ ਗਵਰਨਮੈਂਟ ਤੋਂ ਚਾਹੀਦਾ ਹੀ ਚਾਹੀਦਾ ਹੈ 100% ਕਈ ਵਾਰ ਅਸਾਇਲਮ ਵਾਲੇ ਡਰਦੇ ਹੈ ਕਿ ਇੰਡੀਅਨ ਸਰਕਾਰ ਤੋਂ ਕਿੱਦਾਂ ਆਪਾਂ ਅਸੀਂ ਅਪਲਾਈ ਕਰਾਂਗੇ ਕਿੱਦਾਂ ਮਿਲੇਗਾ ਪੀਸੀਸੀ ਡੈਟ ਇਜ਼ ਅ ਪ੍ਰੋਬਲਮ ਡੈਟ ਇਜ਼ ਅ ਰੀਜ਼ਨ ਵਾਈ ਦ ਐਪਲੀਕੇਸ਼ਨ ਵਿਲ ਬੀ ਟ੍ਰਾਂਸਫਰ ਟੂ ਨਿਊ ਦਿੱਲੀ ਹਾਈ ਕਮਿਸ਼ਨ ਇਨ ਇੰਡੀਆ ਉਹ ਆਪਣੀ ਬਾਤ ਕਰ ਲੈਣੀ ਹੈਲੋ ਦੇਖਦੇ ਆ ਸਤਿ ਸ਼੍ਰੀ ਅਕਾਲ ਵੀਰੇ ਨਾਲ ਅਮਰਜੋਤ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਡੇ 6 ਨੰਬਰ ਹੋਣਗੇ ਆ ਜਾਣ ਪੱਕਾ ਪੀ ਆਰ ਪੀ ਚ ਉਹ ਕਹਿੰਦਾ ਵੀ ਮੈਂ ਪੱਕਾ ਪੀ ਆਰ ਚ ਮੰਗਾ ਕੇ ਦਊ ਕੋਈ ਏਜੰਟ ਸਾਢੇ 6 ਨੰਬਰ ਹੋਣ ਅਗਰ ਵਾਈਫ ਨੇ ਇੰਗਲਿਸ਼ ਕੀਤੀ ਹੋਈ ਹੈ ਤੇ ਉਹਨਾਂ ਨੂੰ ਪੀ ਆਰ ਮੰਗਾ ਕੇ ਦੇਗਾ ਇਹ ਕਹਿ ਰਹੇ ਵਾਈਫ ਇਹ ਕਹਿ ਰਹੇ ਏਜੰਟ ਦੇਖੋ ਇਸ ਤਰ੍ਹਾਂ ਦੇਖੋ ਮੈਂ ਗੱਲ ਕਲੀਅਰ ਕਰ ਦਿਆਂ ਇਹਦੇ ਵਿੱਚ ਨਾ ਕੋਈ ਏਜੰਟ ਕੁਛ ਕਰ ਸਕਦਾ ਹੈ ਨਾ ਕੋਈ ਕੰਸਲਟੈਂਟ ਨਾ ਐਬਰਸਫੋਰਡ ਦਾ ਕੋਈ ਜਾਦੂਗਰ ਕੋਈ ਕੁਛ ਨਹੀਂ ਕਰ ਸਕਦਾ ਸਿਰਫ ਗੱਲ ਇਹ ਹੈ ਕਿ ਹਸਬੈਂਡ ਜਾਂ ਵਾਈਫ ਨੂੰ ਐਕਸਪ੍ਰੈਸ ਐਂਟਰੀ ਦੇ ਤਹਿਤ ਅਪਲਾਈ ਕਰਨਾ ਹੈ ਮੈਨੂੰ ਲੱਗਦਾ ਹੈ ਕਿ ਵਾਈਫ ਦੀ ਕੁਆਲੀਫਿਕੇਸ਼ਨ ਜ਼ਿਆਦਾ ਹੈ ਤਾਂ ਹੀ ਕਰਕੇ ਉਹਨਾਂ ਨੂੰ ਕਹਿ ਰਿਹਾ ਕਿ ਵੀ ਤੁਸੀਂ ਇੰਗਲਿਸ਼ ਕਰ ਲਓ ਤੇ ਤੁਹਾਡੇ ਪੁਆਇੰਟਸ ਬਣ ਜਾਣਗੇ ਅਗਰ ਜੇ ਇੰਗਲਿਸ਼ ਅੱਛੀ ਹੈ ਉਹਨਾਂ ਦੀ ਅਗਰ ਕੁਆਲੀਫਿਕੇਸ਼ਨ ਹੈ ਐਕਸਪੀਰੀਅੰਸ ਹੈ ਤੇ ਫਿਰ ਏਜੰਟਾਂ ਦੀ ਲੋੜ ਹੀ ਨਹੀਂ ਆਪਣੇ ਆਪ ਹੀ ਕਰ ਸਕਦੇ ਦੋਨੋਂ ਮਿਲ ਕੇ ਵਾਹ ਵਾਹ ਐਕਸਪ੍ਰੈਸ ਐਂਟਰੀ ਕਰ ਸਕਦੇ ਏਜੰਟ ਏਜੰਟਾਂ ਦੀ ਕੋਈ ਲੋੜ ਨਹੀਂ ਹੈ ਅਗਲੇ ਨੂੰ ਪਤਾ ਨਹੀਂ ਹੈ ਸ਼ਾਇਦ ਹਾਂ ਅਗਲੇ ਨੂੰ ਸ਼ਾਇਦ ਪਤਾ ਨਹੀਂ ਹੈ ਦੂਸਰਾ ਉਹ ਕਈ ਨਾ ਕਈ ਜੋਬ ਆਫਰ ਦਾ ਗੱਲ ਕਰਦੇ ਕਿ ਜੋਬ ਆਫਰ ਅਸੀਂ ਤੁਹਾਨੂੰ ਲਿਆ ਕੇ ਦਿਆਂਗੇ ਤੁਹਾਡੇ ਪੁਆਇੰਟਸ ਵੱਧ ਜਾਣਗੇ ਮਤਲਬ ਕਿ 50 ਪੁਆਇੰਟਸ ਇਨਕਰੀਜ਼ ਹੋ ਜਾਏਗਾ ਕੰਮ
ਸੋ ਇਸ ਕਰਕੇ ਮਤਲਬ ਉਹ ਇਮਪ੍ਰੈਸ ਕਰਦੇ ਕਿ ਵੀ ਅਸੀਂ ਅਸੀਂ ਵੀਜ਼ਾ ਤੁਹਾਨੂੰ ਆ ਕੇ ਦੇ ਰਹੇ ਹਾਂ ਤੇ 40 ਲੱਖ ਜਾਂ ਜੋ ਕੁਛ ਹੈ, ਮਤਲਬ ਕਿ ਇਸ ਤੋਂ ਜ਼ਿਆਦਾ ਲੁੱਟਮਾਰ ਕਿੰਨੀ ਜ਼ਿਆਦਾ ਹੋ ਸਕਦੀ ਹੈ। ਦੇਖੋ ਮੈਂ ਲੋਕਾਂ ਨੂੰ ਕਹਿੰਦਾ ਕਿ ਜਿਹੜਾ ਜੋ ਮੇਰਾ ਪਰਸਨਲ ਬਿਜ਼ਨਸ ਹੈ ਨਾ ਇੱਥੇ ਤੇ ਰੇਡੀਓ 'ਤੇ, ਚਲੋ ਆਪਾਂ ਫ੍ਰੀ ਗੱਲ ਕਰ ਰਹੇ, ਮੈਂ ਕੋਈ ਅਗਰ ਕਿਸੇ ਨੂੰ ਸਮੱਸਿਆ ਹੁੰਦੀ ਮੈਂ ਉਹਨਾਂ ਨੂੰ ਕਹਿੰਦਾ ਕਿ ਮੇਰੀ ਫੀਸ ਸਿਰਫ $220 ਹੈ ਤੇ ਤੁਹਾਨੂੰ ਮੈਂ ਸਹੀ ਮਾਲੂਮਾਤ ਦਿਆਂਗਾ, ਤੇ ਉਹ ਲੋਕੀ ਮੈਨੂੰ ਕਹਿੰਦੇ ਇਹਦੇ ਭਾਜੀ ਤੁਸੀਂ ਗੱਲਾਂ ਕਰਨ ਦੇ ਪੈਸੇ ਲੈਂਦੇ ਹੋ, ਉੱਥੇ ਦੇਖੋ 40 ਲੱਖ ਦੇਣ ਨੂੰ ਤਿਆਰ ਹੈ ਲੋਕ। ਥੈਂਕ ਯੂ ਦੇਖ ਲੋ ਸਿੰਘਾ ਸਾਹਿਬ, 40 ਲੱਖ ਹੋ ਗਿਆ ਤੁਹਾਡਾ, ਕਿੰਨਾ $80,000 ਨਹੀਂ ਜ਼ਿਆਦਾ ਯਾ $80,000 ਜਿਨ੍ਹਾਂ ਨੇ $80,000 ਕਮਾਨੇ ਹੈ ਇੱਕ ਐਪਲੀਕੇਸ਼ਨ ਵਿੱਚ, ਉਹਨਾਂ ਨੂੰ ਕੈਨੇਡਾ ਆ ਕੇ ਧੱਕੇ ਖਾਣ ਦੀ ਨੌਕਰੀ ਕਰਨ ਦੀ ਦਿਹਾੜੀ ਕਰਨ ਦੀ ਕੀ ਲੋੜ ਹੈ ਫਿਰ? ਤੁਸੀਂ ਵੀ ਤਦੇ ਇੰਡੀਆ 'ਚ ਛੇਤੀ ਚੱਕਰ ਮਾਰਦੇ? ਨਹੀਂ ਸਰ, ਮੈਨੂੰ ਤਾਂ ਕੋਈ ਪੈਸੇ ਇੰਨਾ ਦਿੰਦਾ ਹੀ ਨਹੀਂ, ਪਹਿਲੀ ਗੱਲ ਮੈਨੂੰ ਤੇ ਐਕਚੁਅਲੀ ਕੋਈ ਇੰਨਾ ਪੈਸੇ ਦੇ ਕੇ ਰਾਜ਼ੀ ਨਹੀਂ, ਉਹ ਮੇਰੀ ਸ਼ਕਲ ਹੀ ਇਸ ਤਰ੍ਹਾਂ, ਉਹ ਮੈਨੂੰ ਉਹ ਪੈਸੇ ਇੰਨਾ ਦੇ ਹੀ ਨਹੀਂ ਸਕਦੇ, ਪਰ ਦੂਸਰਾ ਮੇਰੇ ਕੋਲ ਇੰਨੀ ਇੰਨੀ ਤਾਕਤ ਹੀ ਨਹੀਂ ਕਿ ਮੈਂ ਇੰਨੇ ਪੈਸੇ ਕਿਸੇ ਨੂੰ ਲੈ ਸਕਦਾ। ਹਾਂ ਮੈਂ ਲੈ ਹੀ ਨਹੀਂ ਸਕਦਾ ਪੈਸੇ, ਤੁਹਾਨੂੰ ਮੈਂ ਦੱਸਿਆ ਨਾ ਮਤਲਬ ਸੱਚ ਇਟਸ ਅ ਕਰੂਅਲ ਥਿੰਗ। ਕੋਈ ਬੰਦਾ ਇਹ ਦੇਖਦਾ ਨਹੀਂ, ਦੇਖੋ ਕਰੂਅਲ ਹੀ ਆ, ਹੋਕੀ ਆ ਜਿਹੜੇ ਬੰਦੇ ਤੁਹਾਨੂੰ ਪਤਾ ਵੀ ਇਹਨਾਂ ਕੋਲ ਉਹ ਕਿਹੜੇ ਦੀ ਉੱਥੇ ਕੋਈ ਧਨਾੜ ਆ ਜਿਹੜੇ 40 ਲੱਖ ਲਿਆ ਕੇ ਦੇ ਦੇਣਾ, ਕਿਸੇ ਨੇ ਜ਼ਮੀਨ ਵੇਚ ਕੇ ਲਿਆਉਣੀ, ਹਾਂਜੀ ਹਾਂਜੀ, ਕਿਸੇ ਨੇ ਕੁਝ ਕਰਨਾ ਬਾਅਦ ਦੇ ਵਿੱਚ, ਕੋਈ ਫਾਹੇ ਲੈਣ ਡਿਆ, ਕੋਈ ਕੁਝ ਕਰਦਾ, ਕਿਉਂਕਿ ਇਹ ਜਿਹੜਾ 40,000 ਮਤਲਬ 40 ਲੱਖ ਆ ਉਹ ਤੁਸੀਂ ਦੇਖੋ ਇੱਥੇ ਪੂਰਾ ਕਦੋਂ ਹੋਣਾ, $80,000 ਦੀ ਸੇਵਿੰਗ ਕਦੋਂ ਇੱਕ ਵਿਅਕਤੀ ਕਰੂਗਾ ਜੀ, ਦੱਸੋ ਮੈਨੂੰ। ਪਰ ਚਲੋ ਇਹ ਤੇ ਦੇਖੋ ਇਹ ਜਿਹੜੇ 40 ਲੱਖ ਤੇ ਚਲੋ ਬਹੁਤ ਜ਼ਿਆਦਾ ਅਮਾਊਂਟ ਹੈ, ਇਹ ਤੇ ਸਿਰਫ ਪੂਰੇ PR ਦੀ ਹੈ ਆਲਰੇਡੀ, ਇਹਦੇ ਬਾਰੇ ਹੈ ਤੇ ਠੱਗੀ ਹੈ, ਚਲੋ ਐਪਲੀਕੇਸ਼ਨ ਦਾ ਲਾਰਾ ਹੈ ਕਿ PR ਮਿਲੇਗੀ, ਲੇਕਿਨ ਇੱਥੇ ਆਲਰੇਡੀ ਜਿਹੜੇ ਲੋਕ ਆਏ ਹੋਏ ਨੇ, ਇਹਦੇ ਬਾਰੇ ਕਈ ਵਾਰ ਆਪਾਂ ਗੱਲ ਕਰ ਚੁੱਕੇ, ਜਿਹੜੇ ਵਿਜ਼ਟਰ ਵੀਜ਼ਾ ਤੋਂ ਇੱਥੇ ਪਹੁੰਚਦਾ ਨਾ ਇੰਡੀਆ ਤੋਂ, ਆਉਂਦੇ ਹੀ ਸਾਰ 2 ਦਿਨਾਂ ਦੇ ਅੰਦਰ ਫਿਰ ਉਹਦਾ ਦਿਮਾਗ ਚੱਲਦਾ ਕਿ ਵੀ ਇੱਥੇ ਤੇ ਹਰ ਇੱਕ ਬੰਦਾ ਗੱਡੀਆਂ 'ਚ ਘੁੰਮ ਰਿਹਾ ਜੀ, ਵੱਡੇ ਵੱਡੇ ਘਰ ਲੈ ਕੇ ਘੁੰਮ ਰਿਹਾ ਜੀ, ਅਸੀਂ ਵੀ ਕਿਉਂ ਨਾ ਇੱਥੇ ਵਰਕ ਪਰਮਿਟ ਲੈ ਲਈਏ, ਤੇ ਉਹ ਵਰਕ ਪਰਮਿਟ ਨੂੰ ਕਨਵਰਟ ਕਰਾਉਣ ਲਈ ਉਹ ਹਰੇਕ ਜਿਹੜਾ ਏਜੰਟ ਹੈ, ਬ੍ਰੋਕਰ ਹੈ, ਫਲਾਨਾ ਜੋ ਵੀ ਮਿਡਲਮੈਨ ਹੈ, ਉਹ ਮਿਨੀਮਮ $25,000 to $30,000 ਦੇ ਉਹਨਾਂ ਨੇ ਆਪਣੀ ਰੇਟ ਰੱਖੀ ਹੋਈ ਹੈ, ਤੇ ਉਹ ਓਪਨਲੀ ਚਾਰਜ ਕਰ ਰਹੇ ਹੈ, ਓਪਨਲੀ ਲੋਕ ਦੇਣ ਨੂੰ ਤਿਆਰ ਵੀ ਹੈ, ਲੋਕੀ ਤੇ ਸਿੱਧੇ ਹੀ ਡਾਇਰੈਕਟਲੀ ਮੈਨੂੰ ਤੇ ਈਮੇਲ ਕਰ ਦਿੰਦੇ, ਭਾਜੀ ਦੱਸੋ ਰੇਟ ਦੱਸੋ ਆਪਣਾ ਕਿੰਨਾ ਹੈ, ਮੈਂ ਕਿਹਾ ਵੀ ਮੇਰਾ ਰੇਟ ਕੁਛ ਨਹੀਂ ਹੈ, ਮੈਂ ਨਹੀਂ ਕਰਦਾ ਕਮੇ, ਪਰ ਪੀਪਲ ਆਰ ਮੈਂਟਲੀ ਰੈਡੀ ਟੂ ਪੇ ਐਨੀ ਅਮਾਊਂਟ, ਸੋ ਉਹ ਕਰ ਰਹੇ ਹੈ, ਸੋ PR ਦੇ PR ਇਜ਼ ਅ ਲੌਂਗ ਸ਼ਾਟ, ਪਰ ਐਟਲੀਸਟ ਵਰਕ ਪਰਮਿਟ ਲਈ ਉਹ ਮੇਰੇ ਖਿਆਲ 15 to 20 lakh ਜਾਂ ਈਵਨ ਮੋਰ ਦੇਣ ਨੂੰ ਤਿਆਰ ਹੈ। ਸੋ ਦੋਸਤੋ ਸਵਾਲ ਅਗਰ ਜੇ ਕੁਝ ਅਗਰ ਪੁੱਛਣਾ ਹੈ ਤੇ ਜ਼ਰੂਰ ਤੁਸੀਂ ਕੁਝ ਮਿੰਟ ਹੋਰ ਹੈ, ਇੱਕ ਆਧ ਸਵਾਲ, ਕੋਈ ਮੈਂ ਸਮਝਦਾ ਤੁਸੀਂ ਕੋਈ ਕਾਨੂੰਨੀ ਸਵਾਲ ਪੁੱਛੋ ਤੇ ਵਧੀਆ, ਮੈਂ ਨਹੀਂ ਚਾਹੁੰਦਾ ਕਿ ਸਾਡਾ ਡਿਸਕਸ਼ਨ ਰਾਜਨੀਤਿਕ ਜਾਏ ਜਾਂ ਗਵਰਨਮੈਂਟ ਦੀ ਪਾਲਿਸੀ ਤੇ, ਆਪਾਂ ਮੈਂ ਬਿਆਨ ਨਹੀਂ ਕਰਾਂਗਾ ਕਿ ਵੀ ਗਵਰਨਮੈਂਟ ਕਿਉਂ ਕਰ ਰਹੀ ਹੈ ਇਮੀਗ੍ਰੇਸ਼ਨ ਪਾਲਿਸੀ ਕੁਛ ਹੈ, ਇਹ ਕਿਊਬੈਕ ਵਾਲੀ ਜਿਹੜੀ ਪਾਲਿਸੀ ਹੈ, ਕਿਉਂਕਿ ਕਿਊਬੈਕ ਵਿੱਚ ਜਿਹੜੇ ਪਾਲਿਸੀ ਚੇਂਜ ਹੋ ਗਈ, ਇਹਦੇ ਬਾਰੇ ਵੀ ਲੋਕਾਂ ਨੂੰ ਕਾਫੀ ਰੋਸ਼ ਹੈ ਕਿ ਵੀ ਇਹ ਕਿਉਂ ਕਰ ਰਹੇ ਹੈ, ਉਹਨੇ ਜਾ ਕੇ ਉੱਥੇ ਜਿਹੜੇ ਪ੍ਰੀਮੀਅਰ ਹੈ ਉਹਨਾਂ ਨੂੰ ਪੁੱਛੋ, ਜਾ ਕੇ ਫ੍ਰੈਂਚ ਵਿੱਚ ਬੋਲ ਕੇ ਪੁੱਛੋ ਵੀ ਤੁਸੀਂ ਕਿਉਂ ਕਰ ਰਹੇ ਹੋ, ਉਹਨਾਂ ਨੂੰ ਤੁਹਾਨੂੰ ਜਵਾਬ ਦੇਣਾ ਹੈ ਕੁਛ, ਇਹਦੇ ਬਾਰੇ ਮੈਂ ਹੁਣ ਜਵਾਬ ਦੇਣਾ ਕਿ ਵੀ ਵੈਦਰ ਆਈ ਐਗਰੀ ਔਰ ਨਾਟ ਇਟ ਡਸਨਟ ਮੇਕ ਸੈਂਸ। ਅਨੇ ਜੀ ਉਹ ਵਾਕਿਆ ਉਹ ਤੁਹਾਡੀ ਗੱਲ ਠੀਕ ਆ, ਉਹ ਉਹਨਾਂ ਨੂੰ ਜਵਾਬ ਦੇਣਾ ਪਏਗਾ, ਆਪੇ ਦੇਣਗੇ, ਪਰ ਕੁਬੈਕ ਵਾਲੇ ਜੀ ਉਹ ਵੀ ਕਿਸੇ ਨਾ ਕਿਸੇ ਦਿਨ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਜਦੋਂ ਦੇਖੋ ਥੁੜ ਪੈ ਰਹੀ ਹੈ ਇੱਥੇ, ਬੰਦਿਆਂ ਦੀ ਥੁੜ ਪੈ ਰਹੀ ਆ ਸਰਕਾਰਾਂ ਨੂੰ, ਆਪਾਂ ਸਾਰੇ ਦੇਖ ਰਹੇ ਹਾਂ ਵੀ ਕਿਵੇਂ ਵੱਖਰੀਆਂ ਵੱਖਰੀਆਂ ਜਗ੍ਹਾ ਦੇ ਉੱਤੇ ਪਾਵਾਂ ਦੇਖੋ ਮਸ਼ੀਨਾਂ ਰਿਪਲੇਸ ਕਰ ਰਹੀਆਂ, ਬਟ ਸਟਿਲ ਜਿਹੜਾ ਲੋੜ ਹੈਗੀ ਆ ਬੰਦਿਆਂ ਦੀ, ਕੰਮ ਕਰਨ ਵਾਲਿਆਂ ਦੀ। ਲੋ ਆਪਣੇ ਪਾਸ ਕਾਲਰ ਨੇ, ਹੈਲੋ ਦੇਸ਼ ਪੰਜਾਬ। ਹਾਂਜੀ ਭਾਜੀ, ਖਬਰਾਂ ਲਈ ਲਾਇਆ ਸੀ। ਅੱਛਾ ਕੋਈ ਨੀ ਜੀ, ਲਾਉਣੇ ਆ ਖਬਰਾਂ, ਬਸ ਲਾਉਣ ਵਾਲੇ ਆ ਅਸੀਂ, ਅਸੀਂ ਕਿਹਾ ਵੀ ਕਿਉਂਕਿ ਸਾਡੀ ਇੱਥੇ ਬਹਿਸ ਚੱਲ ਗਈ ਇਸ ਕਰਕੇ ਥੋੜਾ, ਕਿਉਂਕਿ ਫੋਨ ਕਈ ਲੋਕ ਉਸ ਵੇਲੇ ਵੀ ਕਰ ਰਹੇ ਸੀਗੇ ਵੀ ਜੀ ਅਸੀਂ ਗੱਲਬਾਤ ਕਰਨੀ ਹੈ, ਵੀ ਚਲੋ ਕਈ ਵਾਰੀ ਮਾਯੂਸ ਹੋ ਕੇ ਅਗਲੇ ਪਾਸੇ ਹੋ ਜਾਂਦੇ ਆ, ਵੀ ਜੇ ਕਿਸੇ ਨੇ ਸਵਾਲ ਪੁੱਛਣਾ ਪੁੱਛ ਸਕਦੇ ਆ, ਫੇਰ ਖਬਰਾਂ ਸੁਣਾਉਣੇ ਜੀ, ਖਬਰਾਂ ਜ਼ਰੂਰ ਸੁਣਾਵਾਂਗੇ ਤੁਹਾਨੂੰ, ਕੋਈ ਨੀ ਮਿਹਰਬਾਨੀ, ਥੈਂਕ ਯੂ। ਸੋ ਦੋਸਤੋ ਫੋਨ ਹੈ 780-435-2762, ਥੋੜੇ ਮਿੰਟਾਂ ਲਈ ਅਮਰਜੋਤ ਸਿੰਘ ਹੋਰੀ ਮੇਰੇ ਪਾਸ ਹੀ ਨੇ ਇੱਥੇ,
ਅਗਰ ਤੁਹਾਡਾ ਕੋਈ ਸਵਾਲ ਹੈ ਤੇ ਤੁਸੀਂ ਜ਼ਰੂਰ ਫੋਨ ਕਰ ਸਕਦੇ ਹੋ। ਮੈਨੂੰ ਪਤਾ ਜੀ ਵੀ ਪਾਲਿਸੀਜ਼ ਬਾਰੇ ਲੋਕਾਂ ਨੂੰ ਕਈ ਵਾਰੀ ਏਦਾਂ ਹੁੰਦਾ ਵੀ ਭਾਈ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ, ਪਰ ਜਿਹੜੇ ਆਉਣ ਵਾਲੇ ਆ ਉਹ ਸੋਚਦੇ ਆ ਵੀ ਉੱਥੇ ਕੀ ਕਹਿੰਦੇ ਹੁੰਦੇ ਆ ਸਬਜ਼ ਬਾਗ ਹੀ ਆ, ਪਰ ਬਾਅਦ ਦੇ ਵਿੱਚ ਜਦੋਂ ਟੈਕਸ ਦੇਣਾ ਪੈਂਦਾ ਫੇਰ ਉਹ ਕਹਿੰਦੇ ਜੀ ਵੀ ਨਹੀਂ ਇੱਥੇ ਹੋਰ ਨਹੀਂ ਆਉਣੇ ਚਾਹੀਦੇ। ਖੈਰ ਐਨੀਵੇ ਤੁਸੀਂ ਫੋਨ ਕਰ ਸਕਦੇ ਆ, ਅਮਰਜੋਤ ਸਿੰਘ ਬੈਠੇ ਆ ਤੁਹਾਨੂੰ ਸਵਾਲਾਂ ਦੇ ਜਵਾਬ ਦੇਣਗੇ ਜੀ। ਕੋਈ ਵੀ ਸਵਾਲ ਹੈ ਤਾਂ ਪੁੱਛ ਸਕਦੇ ਹੋ। ਅੱਜ ਮੇਰੇ ਕੋਲ ਇੱਕ ਕੇਸ ਆਇਆ ਇੱਕ, ਉਹਦੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ, ਸ਼ਾਇਦ ਤੁਹਾਨੂੰ ਕੋਈ ਫਾਇਦਾ ਹੋ ਜਾਏ ਜਾਂ ਤੁਹਾਡੇ ਜਿਹੜੇ ਸਰਕਲ ਵਿੱਚ ਕੋਈ ਹੈ ਤੁਹਾਨੂੰ ਫਾਇਦਾ ਹੋ ਜਾਏ। ਇੱਕ ਮੈਨੂੰ ਨਿਊਜ਼ੀਲੈਂਡ ਤੋਂ ਕਾਲ ਕਰ ਰਹੇ ਸੀ, ਉਹਨਾਂ ਨੂੰ ਜੋਬ ਆਫਰ ਮਿਲੀ ਹੈ ਮੈਨੀਟੋਬਾ, ਉਹਨਾਂ ਕੋਲ ਨਿਊਜ਼ੀਲੈਂਡ ਦਾ ਡਰਾਈਵਰ ਲਾਇਸੈਂਸ ਹੈ ਕਲਾਸ 1 ਜਿਹੜਾ ਵੱਡੇ ਟਰੱਕ ਦਾ ਲਾਇਸੈਂਸ ਹੈ, ਪਰ ਇੱਥੇ ਦਾ ਜਿਹੜਾ ਵਰਕ ਪਰਮਿਟ ਉਹਨਾਂ ਨੂੰ ਡਿਨਾਈ ਹੋ ਗਿਆ ਇਸ ਕਰਕੇ ਕਿ ਵੀ ਤੁਹਾਡੇ ਕੋਲ ਉਹ ਸਕਿੱਲ ਜਾਂ ਉਹ ਬੈਕਗਰਾਉਂਡ ਜਾਂ ਲਿਆਕਤ ਨਹੀਂ ਹੈ ਕਿ ਤੁਸੀਂ ਇੱਥੇ ਆ ਕੇ ਟਰੱਕ ਚਲਾ ਸਕੋ, ਕਿਉਂਕਿ ਸ਼ਾਇਦ ਅੱਜ ਕੱਲ੍ਹ ਮੇਰੇ ਖਿਆਲ ਜਿਹੜਾ ਜਦ ਤੋਂ ਕਾਂਡ ਹੋਇਆ ਨਾ ਜਿਹੜਾ ਆਪਣਾ ਐਕਸੀਡੈਂਟ ਹੋਇਆ ਮੈਨੀਟੋਬਾ ਵਾਲਾ, ਉਸ ਦੇ ਬਾਅਦ ਜਿਹੜਾ ਇੱਥੇ ਸੇਫਟੀ ਕਰਕੇ ਲਾਇਸੈਂਸਿੰਗ ਕਾਫੀ ਸਖਤ ਹੈ। ਸੋ ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਨਿਊਜ਼ੀਲੈਂਡ ਦਾ ਜਿਹੜਾ ਟਰੈਕਿੰਗ ਲਾਇਸੈਂਸ ਹੈ ਉਹਦਾ ਇਕੁਇਵਲੈਂਸ ਅਕੋਰਡਿੰਗ ਟੂ ਕੈਨੇਡਾ ਇਮੀਡੀਏਟਲੀ ਨਹੀਂ ਹੁੰਦਾ, ਕਿਉਂਕਿ ਜਿਹੜੇ ਅਮਰੀਕਾ ਦੇ ਟਰੈਵਲ ਲਾਇਸੈਂਸ ਉਹਨਾਂ ਦਾ ਇਮੀਡੀਏਟਲੀ ਹੋ ਜਾਂਦਾ। ਇਹ ਤੇ ਕੋਈ ਟਰੱਕ ਡਰਾਈਵਰ ਜਿਹੜਾ ਸੁਣ ਰਿਹਾ ਤੇ ਉਹੀ ਦੱਸ ਸਕਦੇ ਆ, ਪਰ ਉਹਨਾਂ ਨੂੰ ਵਰਕ ਪਰਮਿਟ ਇਸ ਕਰਕੇ ਡਿਨਾਈ ਕਰਤਾ ਕਿ ਤੁਹਾਡੇ ਕੋਲ ਉਸ ਲੈਵਲ ਦਾ ਨਹੀਂ ਹੈ, ਜਾਂ ਤੇ ਤੁਸੀਂ ਪਹਿਲਾਂ ਆ ਕੇ ਕੈਨੇਡਾ ਆ ਕੇ ਲਾਇਸੈਂਸ ਅਪਲਾਈ ਕਰੋ, ਦੈਨ ਯੂ ਵਿਲ ਬੀ ਓਕੇ, ਨਹੀਂ ਤੇ ਤੁਸੀਂ ਉਹ ਸ਼ੋਅ ਕਰੋ ਕਿ ਤੁਹਾਡੇ ਕੋਲ ਏਅਰ ਬ੍ਰੇਕ ਐਂਡੋਰਸਮੈਂਟ ਆ, ਦੋ ਤਿੰਨ ਗੱਲਾਂ ਹੋਰ ਟੈਕਨੀਕਲ ਲਿਖੀ ਸੀ, ਇਹ ਤੁਹਾਡੇ ਕੋਲ ਹੈ ਕਿ ਨਹੀਂ ਹੈ। ਸੋ ਇਹ ਮੈਂ ਜ਼ਰੂਰ ਦੱਸਣਾ ਚਾਹੁੰਦਾ ਕਿ ਬਈ ਜਿਹੜੇ ਲੋਕ ਬਾਹਰੋਂ ਡਰਾਈਵਰ ਟਰੱਕ ਡਰਾਈਵਰ ਦੇ ਲੈ ਕੇ ਜਿਹੜੇ ਜੋਬ ਦੀ ਅਪਲਾਈ ਕਰ ਰਹੇ ਹੈ ਤੇ ਤੁਸੀਂ ਆਪਣਾ ਥੋੜਾ ਜਿਹਾ ਹੁਸ਼ਿਆਰੀ ਨਾਲ ਆਪਣਾ ਜਿਹੜਾ ਨਾ ਉਹ ਇੰਪਲੋਇਰ ਨੂੰ ਜ਼ਰੂਰ ਪੁੱਛ ਕੇ ਦੇਖੋ ਕਿ ਵੀ ਤੁਹਾਡੇ ਜਿਹੜੇ ਟਰੈਕਿੰਗ ਲਾਇਸੈਂਸ ਐਕਸੈਪਟੇਬਲ ਹੈ ਇਨ ਕੈਨੇਡਾ ਜਾਂ ਨਹੀਂ, ਉਹਦੇ ਬਗੈਰ ਵਰਕ ਪਰਮਿਟ ਤੁਹਾਡਾ ਲੱਗ ਸਕਦਾ ਕਿ ਨਹੀਂ ਹੈ ਇਹ ਜ਼ਰੂਰ ਪਤਾ ਕਰੋ, ਕਿਉਂਕਿ ਤੁਸੀਂ ਅਦਰਵਾਈਜ਼ ਅਗਰ ਉਹਦੇ ਬਗੈਰ ਕਰੋਗੇ ਤਾਂ ਤੁਹਾਡਾ ਵਰਕ ਪਰਮਿਟ ਡਿਨਾਈ ਹੋ ਸਕਦਾ ਹੈ ਜਦ ਤੱਕ ਤੁਹਾਡੇ ਕੋਲ ਕੈਨੇਡਾ ਦਾ ਲਾਇਸੈਂਸ ਨਹੀਂ ਹੈ। ਹੁਣ ਪ੍ਰੋਬਲਮ ਇਸ, ਇੱਕ ਕੁਝ ਹੋਰ ਲਿਖ ਰਿਹਾ ਗੈਰੀ ਪ੍ਰੀਤ ਲਿਖ ਰਿਹਾ ਹੈ ਦੁਬਈ ਤੋਂ ਟਰੱਕ ਡਰਾਈਵਰ, ਦੁਬਈ ਦਾ ਜਿਹੜਾ ਟਰੱਕ ਲਾਇਸੈਂਸ ਹੈ ਉਹ ਪਤਾ ਨਹੀਂ ਕਿ ਕੈਨੇਡਾ ਲਈ ਬਰਾਬਰੀ ਉਹ ਹੈ ਉਹਦੀ ਕਿ ਨਹੀਂ ਹੈ, ਕਿ ਜਦ ਤੱਕ ਤੁਸੀਂ ਤੁਹਾਡੇ ਕੋਲ ਕੈਨੇਡਾ ਦਾ ਲਾਇਸੈਂਸ ਨਹੀਂ ਹੈ ਤਦ ਤੱਕ ਤੁਸੀਂ ਸ਼ਾਇਦ ਇੱਥੇ ਜੋਬ ਵਰਕ ਪਰਮਿਟ ਨਹੀਂ ਲੈ ਸਕੋਗੇ। ਸੋ ਇਸ ਕਰਕੇ ਪਹਿਲਾਂ ਕੈਨੇਡਾ ਦਾ ਲਾਇਸੈਂਸ ਲਈ ਕੁਆਲੀਫਾਈ ਕਰੋ, ਫਿਰ ਜਾ ਕੇ ਤੁਸੀਂ ਕੋਈ ਵਰਕ ਪਰਮਿਟ ਲਈ ਅਪਲਾਈ ਕਰਨਾ ਔਨ ਦਾ ਬੇਸਿਸ ਆਫ LMIA। ਸੋ ਇਹ ਮੈਂ ਗੱਲ ਤੁਹਾਨੂੰ ਅੱਜ ਦੱਸਣੀ ਸੀ ਜੋ ਮੇਰੇ ਕੋਲ ਅੱਜ ਕਿਸੇ ਨਾਲ ਡਿਸਕਸ਼ਨ ਹੋ ਰਿਹਾ ਸੀ। ਸੋ ਥੈਂਕ ਯੂ ਵੈਰੀ ਮੱਚ ਦੋਸਤੋ, ਹੋਰ ਵੀ ਕੋਈ ਅਗਰ ਸਵਾਲ ਅਗਰ ਨਹੀਂ ਹੈ ਤੇ ਆਪਾਂ ਫਿਰ, ਕਿਉਂਕਿ 9:07 ਹੋ ਚਲੇ ਹੈ, ਸੋ ਵੀ ਵਿਲ ਹੈਵ ਟੂ ਡੂ ਇਟ ਨੈਕਸਟ ਵੀਕ। ਤੇ ਸੰਗਤ ਸਾਹਿਬ ਫਿਰ ਆਪਾਂ ਲਈਏ ਇਜਾਜ਼ਤ, ਬਾਕੀ ਸਿੰਘਾ ਸਾਹਿਬ ਵੀ ਥੋੜਾ ਬਿਜ਼ੀ ਹੈ ਮੇਰੇ ਖਿਆਲ, ਉਹ ਕਰਦੇ ਹੈ 2 ਮਿੰਟਾਂ 'ਚ ਉਹਨਾਂ ਨੇ ਕਰ ਦੇਣਾ। ਬਾਕੀ ਨੰਬਰ ਹੈ ਆਪਣਾ 7804352762, ਇਸ ਨੰਬਰ 'ਤੇ ਕਾਲ ਕਰਕੇ ਜੀ ਸਵਾਲ ਹੈ ਤੁਸੀਂ ਸਟੂਡੀਓ ਦਾ ਹੁਣ ਵੀ ਕਰ ਸਕਦੇ ਹੋ ਜਾਂ ਫਿਰ ਅਗਲੇ ਹਫ਼ਤੇ ਇਸ ਟਾਈਮ ਬੁੱਧਵਾਰ ਨੂੰ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ ਅਮਰਜੋਤ ਜੀ ਤੁਹਾਡਾ, ਸਾਰੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਆ, ਆਸ ਕਰਦੇ ਹਾਂ ਸਾਡੇ ਸਰੋਤੇ ਜਿਹੜੇ ਆ ਉਹ ਜ਼ਰੂਰ ਫੋਨ ਕਰਿਆ ਕਰਨ ਜੀ। ਠੀਕ ਆ, ਆਪਾਂ ਇਸ ਗੱਲ ਦੇ ਵਿੱਚ ਬਹਿਸ ਵਸਾਈਏ ਲਈ ਫਿਰ ਕਿਸੇ ਦਿਨ, ਉਹ ਜਿਹੜੇ ਸਾਡੇ ਕਾਲਰ ਉਧਰੋਂ ਲੰਡਨ ਤੋਂ ਕਰ ਰਹੇ ਸੀਗੇ ਕਾਲ, ਉਹ ਕਿਸੇ ਦੂਸਰੇ ਟਾਈਮ ਤੇ ਗੱਲਬਾਤ ਕਰ ਲੈਣ ਤਾਂ ਪੂਰੀ ਗੱਲਬਾਤ ਉਹਨਾਂ ਦੇ ਨਾਲ ਡਿਸਕਸ ਕੀਤੀ ਜਾ ਸਕਦੀ ਹੈ। ਪਰ ਕਈ ਵਾਰੀ ਜਿਹੜੇ ਪਰਪਜ਼ ਲਈ ਮਤਲਬ ਪ੍ਰੋਗਰਾਮ ਚੱਲ ਰਿਹਾ ਜੀ ਉਹ ਫਿਰ ਡੀਰੇਲ ਹੋ ਜਾਂਦਾ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਤੇ ਜਿਹੜਿਆਂ ਦੇ ਸਵਾਲ ਹੁੰਦੇ ਆ ਉਹ ਥੋੜੇ ਮਾਯੂਸ ਹੁੰਦੇ ਆ ਵੀ ਯਾਰ ਇੰਨਾ ਚਿਰ ਅਸੀਂ ਬੈਠੇ ਰਹੇ। I like the word derail. Yes, ਲੱਗ ਰਿਹਾ ਜਿਦਾਂ ਤੁਸੀਂ ਟ੍ਰਾਂਸ ਮਾਊਂਟੇਨ ਪਾਈਪ ਵਾਲੀ ਡੀਲ ਨਹੀਂ, ਚਲੋ ਆਪਾਂ ਭਾਰਤੀ ਵਰਤ ਲੈਂਦੇ ਸ਼ਬਦ ਡੀ ਟੂਰ ਹੋ ਜਾਂਦਾ ਜੀ, ਡੀ ਟੂਰ ਉੱਥੇ ਅਕਸਰ ਹੀ ਮਿਲਦੇ ਨਾ ਡੀ ਟੂਰ ਦੇ ਫਟੇ। ਹਾਂਜੀ ਹਾਂਜੀ, ਮੈਂ ਜਿਹੜੀ ਸ਼ੋਕ ਸਮਾਚਾਰ ਆ ਉਹ ਆਪਣੇ ਸਰੋਤਿਆਂ ਨਾਲ